हर चीज एक रेंज विच ही अच्छी होंगी है, एक रेंज विच। जे एक रेंज तो उत्ते रहने लग पवे तो बॉडी विच नुकसान होना शुरू हो जाता है, जिन्हों फिर डायबिटीज कह दिता जाता है। तो बंदा आराम नाल घर विच बैठा होया तो बीपी नॉर्मल 120/80 रेंज विच, मतलब कह लो कि आम करके रहेगा, पर जे वो एक्सरसाइज कर रहा है तो वो हाई बीपी बन जाएगा। जे साडी बॉडी विच एनर्जी काफी अच्छी है, साडा वेट नॉर्मल हैगा, साडा पेट डेली साफ हुंदा है, साडे पेट विच हर टाइम गैस नहीं रहिंदी, इस तों अलावा सानूं नींद चंगी आउंदी है, साडी बॉडी विच किसी प्रकार का कोई दर्द नहीं हैगा, ओवरऑल साडा मूड अच्छा हैगा, असीं सीढ़ियां चढ़ पाते हैं, असीं थोड़ी बहुत एक्सरसाइज करनी चाहते हैं वो कर सकते हैं, जे सारा कुछ आपां कर पा रहे हैं दैट मीनस कि वी आर ओवरऑल हेल्दी है। जिसमें मोटापा है तो मोटापे नाल हर तरह की बीमारी आ सकती है, सिर्फ डायबिटीज नहीं, उहदे नाल हार्ट डिजीज, हाइपरटेंशन, किडनी फेलियर, लिवर फेलियर, सारी चीजा ही ओबेसिटी करके मोटापे करके हो सकदियां ने। साडा पेट जिहड़ा कब्जी हैगी, सानू अगर कॉन्स्टिपेशन की प्रॉब्लम है, पेट डेली साफ नहीं होंदा, गैस बनती है, एसिडिटी बनती है, इहदा मतलब है कि साढ़े अंदर गंदगी स्टोर हो रही है। जिहड़ा बीमारी तो बचाव हैगा वो इलाज तो बैटर ही है, लेकिन होंदा की है कि जब तक बंदे नूं बीमारी आंदी नहीं है, परेशानी आंदी नहीं है, तद तक वो रियलाइज नहीं करता कि उहदी हैल्थ की किन्नी वैल्यू है। ਪੰਜਾਬੀ ਨੈਸ਼ਨਲ ਟੈਲੀਵਿਜ਼ਨ ਤੇ ਪ੍ਰੋਗਰਾਮ ਐਡਮਿੰਟਨ ਡੇ ਲੈ ਕੇ ਹਾਜ਼ਰ ਹਾਂ ਜੀ। ਮਨਜੀਤ ਸਿੰਘ ਫੇਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ। ਦੋਸਤੋ, ਅਗਰ 30-40 ਸਾਲ ਪੁਰਾਣੇ ਸਮੇਂ ਦੀ ਝਾਤ ਮਾਰੀਏ ਤੇ ਉਸ ਸਮੇਂ ਜੀਵਨ ਬੜਾ ਸੁਖਾਲਾ ਸੀ, ਸਰਲ ਸੀ ਔਰ ਲੋਕ ਤੰਦਰੁਸਤ ਸਨ। ਪਰ ਇਹਨਾਂ 30-40 ਸਾਲਾਂ ਦੇ ਵਿੱਚ ਸਾਡੀ ਲਾਈਫ ਸਟਾਈਲ ਦੇ ਵਿੱਚ ਜੋ ਤਬਦੀਲੀਆਂ ਆਈਆਂ, ਸਾਡੇ ਖਾਣ ਪੀਣ ਖਾਣ ਪੀਣ ਦੇ ਤਰੀਕਿਆਂ ਦੇ ਵਿੱਚ ਜੋ ਤਬਦੀਲੀਆਂ ਆਈਆਂ, ਉਸ ਨਾਲ ਸਾਡੇ ਜੀਵਨ ਵਿੱਚ ਕਈ ਨਾਮਰਾਦ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਨੇ ਜਗ੍ਹਾ ਲੈ ਲਈ ਹੈ। ਔਰ ਇਹ ਬਿਮਾਰੀਆਂ ਜਿਹੜੀਆਂ ਨੇ ਇਹੋ ਜਿਹੀਆਂ ਨੇ ਜਿਨ੍ਹਾਂ ਦਾ ਅੱਜ ਤੋਂ 30-40 ਸਾਲ ਪਹਿਲਾਂ ਕਦੇ ਨਾਮ ਨਹੀਂ ਸੀ ਸੁਣਿਆ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਸ ਪੁਸਤਕ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਉਸ ਪੁਸਤਕ ਦਾ ਨਾਮ ਹੈਗਾ ਜੀ ਐਡਵਾਂਸ ਨਿਊਟ੍ਰੀਸ਼ਨ ਥੈਰੇਪੀ, ਜਿਹਦੇ ਵਿੱਚ ਸਾਨੂੰ ਦੱਸਿਆ ਗਿਆ ਵੀ ਕਿਵੇਂ ਜਿਹੜੀਆਂ ਇਹ ਕਰੋਨਿਕ ਡਿਸੀਜ਼ਸ ਨੇ ਇਹਨਾਂ ਨੂੰ ਅਸੀਂ ਹੈਲਦੀ ਈਟਿੰਗ ਹੈਬਿਟ ਦੇ ਨਾਲ ਰਿਜ਼ੋਲਵ ਕਰ ਸਕਦੇ ਹਾਂ, ਇਹਨਾਂ ਦਾ ਹੱਲ ਕੱਢ ਸਕਦੇ ਹਾਂ। ਔਰ ਇਸ ਪੁਸਤਕ ਦੇ ਰਾਈਟਰ ਨੇ ਡਾਕਟਰ ਕਮਲਪ੍ਰੀਤ ਸਿੰਘ, ਉਹ ਸਾਡੇ ਨਾਲ ਜੁੜੇ ਨੇ, ਅੰਟਾਰੀਓ ਤੋਂ ਬਿਲੋਂਗ ਕਰਦੇ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਇਸ ਬੁੱਕ ਬਾਰੇ ਤੇ ਹੋਰ ਜਿਹੜੀਆਂ ਉਹਨਾਂ ਨੇ ਸਮੱਸਿਆਵਾਂ ਇਸ ਬੁੱਕ ਦੇ ਵਿੱਚ ਜ਼ਿਕਰ ਕੀਤੀਆਂ ਨੇ ਉਸ ਬਾਰੇ ਵੀ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਜੀ, ਆਇਆਂ ਨੂੰ ਸਵਾਗਤ ਹੈ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੇ ਮੈਂ ਨਾ ਤੁਹਾਡੀ ਇੰਟਰੋਡਕਸ਼ਨ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹਾਂਗਾ। ਜਦੋਂ ਕ੍ਰੈਡੈਂਸ਼ੀਅਲ ਦੇਖਿਆ ਤੇ ਕ੍ਰੈਡੈਂਸ਼ੀਅਲ ਤੇ ਬਹੁਤ ਲੰਬਾ ਚੌੜਾ ਵਾ ਜੀ, ਮੈਂ ਕੋਸ਼ਿਸ਼ ਕਰਾਂਗਾ ਸੰਖੇਪ ਦੇ ਵਿੱਚ ਤੁਹਾਡੇ ਕ੍ਰੈਡੈਂਸ਼ੀਅਲ ਨੂੰ ਸਾਂਝੇ ਕਰਨ ਦਾ। ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਜੀ ਅੰਟਾਰੀਓ ਕੈਨੇਡਾ ਦਾ ਜਿਹੜਾ ਸ਼ਹਿਰ ਆ ਉੱਥੋਂ ਸੰਬੰਧ ਰੱਖਦੇ ਨੇ, ਤੇ ਡਾਕਟਰ ਸਾਹਿਬ ਨੇ ਫਿਟਨੈਸ ਨਿਊਟ੍ਰੀਸ਼ਨ ਸਪੈਸ਼ਲਿਸਟ ਪ੍ਰੋਗਰਾਮ ਜਿਹੜਾ ਵਾ ਉਹ ਕੀਤਾ ਹੋਇਆ ਜੀ ਅਮੈਰੀਕਨ ਕਾਉਂਸਲ ਆਫ ਐਕਸਰਸਾਈਜ਼ ਤੋਂ। ਇਸ ਤੋਂ ਬਾਅਦ ਇਹਨਾਂ ਨੇ ਇੱਕ ਡਾਇਬਟਿਕ ਐਜੂਕੇਟਰ ਦਾ ਜਿਹੜਾ ਪ੍ਰੋਗਰਾਮ ਉਹ ਵੀ ਸਰਟੀਫਾਈ ਕੀਤਾ ਹੋਇਆ ਵਾ ਰਿਸਰਚ ਇੰਸਟੀਚਿਊਟ ਆਫ ਕੰਪਲੀਮੈਂਟਰੀ ਸਾਇੰਸਿਸ ਵੀਅਤਨਾਮ ਤੋਂ। ਇਹਨਾਂ ਨੇ ਸਰਟੀਫਿਕੇਟ ਔਨ ਪ੍ਰੀਵੈਂਸ਼ਨ ਆਫ ਟਾਈਪ 2 ਡਾਇਬਟੀਜ਼ ਇਹ ਵੀ ਕੀਤਾ ਹੋਇਆ ਜੀ ਫਰੋਮ ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ ਤੋਂ, ਤੇ ਇਹਨਾਂ ਨੂੰ ਆਨਰਰੀ ਡਾਕਟਰੇਟ PhD ਜਿਹੜੀ ਆ ਉਹ ਵੀ ਅਵਾਰਡ ਹੋਈ ਆ ਇਨ ਨੇਚਰ ਕਿਓਰ ਐਂਡ ਸਾਇੰਸਿਸ ਦੇ ਵਿੱਚ ਫਰੋਮ ਵਰਲਡ ਰੈਕਡ ਯੂਨੀਵਰਸਿਟੀ UK, ਤੇ ਡੈਫੀਨੇਟਲੀ ਔਥਰ ਵੀ ਨੇ ਇਹਨਾਂ ਦੀ ਪੁਸਤਕ ਜਿਹੜੀ ਐਡਵਾਂਸ ਨਿਊਟ੍ਰੀਸ਼ਨ ਥੈਰੇਪੀ ਆ ਇਹਦੇ ਬਾਰੇ ਗੱਲਬਾਤ ਹੋਵੇਗੀ। ਭਾਜੀ, ਇਸ ਤੋਂ ਇਲਾਵਾ ਤੁਸੀਂ ਆਪਣੇ ਕ੍ਰੈਡੈਂਸ਼ੀਅਲ ਵਿੱਚ ਕੁਝ ਐਡ ਕਰਨਾ ਚਾਹੋ ਜੀ? ਹਾਂਜੀ, ਸੋ ਲਾਈਕ ਬੇਸਿਕਲੀ ਮੇਰਾ ਜਿਹੜਾ ਕੰਮ ਹੈਗਾ ਉਹ ਹੈਗਾ ਕਿ ਨੇਚਰ ਕਿਓਰ ਐਂਡ ਸਾਇੰਸਿਸ ਵਿੱਚ ਰਿਸਰਚ ਕਰਨਾ ਐਂਡ ਲੋਕਾਂ ਤੱਕ ਉਹ ਜਾਣਕਾਰੀ ਪਹੁੰਚਾਉਣੀ ਜਿਹੜੀ ਕਿ ਅੱਜ ਕੱਲ੍ਹ ਲੋਕਾਂ ਦੇ ਲਾਈਫ ਸਟਾਈਲ ਵਿੱਚ ਮਿਸਿੰਗ ਹੈਗੀ। ਛੋਟੀ ਮੋਟੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਜਿਵੇਂ ਕਿ ਪਾਣੀ ਦੀ ਪੀਣ ਦੀ ਆਪਾਂ ਗੱਲ ਕਰੀਏ ਤੇ ਪਾਣੀ ਜਿਵੇਂ ਰੋਟੀ ਦੇ ਨਾਲ ਨਹੀਂ ਪੀਣਾ ਚਾਹੀਦਾ, ਤੋ ਇਸ ਤਰ੍ਹਾਂ ਦੀ ਛੋਟੀ ਛੋਟੀ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਜਦ 100 ਤਰ੍ਹਾਂ ਦੀ ਇਸ ਤਰ੍ਹਾਂ ਛੋਟੀ ਚੀਜ਼ਾਂ ਬਣ ਜਾਂਦੀਆਂ ਬਹੁਤ ਵੱਡਾ ਬਣ ਜਾਂਦੀ ਇਹ ਚੀਜ਼ਾਂ। ਸੋ ਇਹ ਸਾਰੀ ਚੀਜ਼ਾਂ ਜਦ ਆਪਾਂ ਲੋਕਾਂ ਤੱਕ ਪਹੁੰਚਾਉਂਦੇ ਹਾਂ ਤੇ ਲੋਕ ਇਹਨੂੰ ਇੰਪਲੀਮੈਂਟ ਕਰਦੇ ਹੈਗੇ ਤੇ ਲੋਕਾਂ ਦੀ ਬਿਮਾਰੀਆਂ ਜਿਵੇਂ ਡਾਇਬਟੀਜ਼ ਹੋਵੇ, ਥਾਈਰੋਇਡ ਹੋਵੇ, BP ਦੀ ਪ੍ਰੋਬਲਮ ਹੋਵੇ, ਹੋਰ ਕਿਡਨੀ ਦੇ ਸਟੋਨਸ ਹੋਣ, ਗੋਲਬਲੈਡਰ ਸਟੋਨਸ ਹੋਣ, ਇਹ ਨੈਚੁਰਲੀ ਹੀ ਠੀਕ ਹੋਣੀ ਸ਼ੁਰੂ ਹੋ ਜਾਂਦੀਆਂ ਨੇ। ਸੋ ਇਹ ਲੋਕਾਂ ਨੂੰ ਐਜੂਕੇਟ ਕਰਨਾ ਇਹ ਸਾਡਾ ਕੰਮ ਹੈਗਾ ਐਂਡ ਇਸ ਤਰੀਕੇ ਦੇ ਨਾਲ ਖਾਸ ਕਰ ਜਿਹੜੀ ਮੈਂ ਬੁੱਕ ਲਿਖੀ ਐਡਵਾਂਸ ਨਿਊਟ੍ਰੀਸ਼ਨ ਥੈਰੇਪੀ ਇਹਦੇ ਥਰੂ ਕਾਫੀ ਲੋਕਾਂ ਨੂੰ ਅਸੀਂ ਠੀਕ ਕੀਤਾ ਹੈਗਾ ਡਾਇਬੀਟੀਜ਼ ਔਰ BP ਦੇ ਪੇਸ਼ੈਂਟਸ ਨੂੰ। ਡਾਕਟਰ ਸਾਹਿਬ, ਜਿਹੜੀ ਤੁਸੀਂ ਬੁੱਕ ਮੈਨੂੰ ਹੁਣੇ ਦਿਖਾਈ ਆ ਐਡਵਾਂਸ ਨਿਊਟ੍ਰੀਸ਼ਨ ਥੈਰੇਪੀ, ਇਹ ਬੁੱਕ ਕਾਫੀ ਚਰਚਾ ਦੇ ਵਿੱਚ ਆ,
ਸਾਡੇ ਦਰਸ਼ਕਾਂ ਨੂੰ ਬਰੀਫ ਦੇ ਵਿੱਚ ਦੱਸਿਓ ਵੀ ਇਹਦੇ ਵਿੱਚ ਜਿਹੜਾ ਕੰਟੈਂਟ ਆ ਉਹ ਕਿਸ ਤਰ੍ਹਾਂ ਦਾ ਵਾ ਔਰ ਕਿੰਨਾ ਕੁ ਲਾਹੇਵੰਦ ਹੋ ਸਕਦਾ ਵਾ ਸਾਡੇ ਦਰਸ਼ਕਾਂ ਲਈ। ਹਾਂਜੀ ਸਰ, ਲਾਹੇਵੰਦ ਤਾਂ ਬਹੁਤ ਹੋ ਸਕਦਾ ਹੈਗਾ। ਈਵਨ ਤੁਸੀਂ ਦੇਖੋ, ਜਸਟ ਇਹ ਬੁੱਕ ਜਿਹੜੀ ਹੈ ਇਹਨੂੰ ਲਾਂਚ ਹੋਏ ਅਜੇ 2 ਮਹੀਨੇ ਹੀ ਹੋਏ ਹੈਗੇ, ਐਂਡ ਇਹ ਕਾਫੀ ਚਰਚਾ ਵਿੱਚ ਆ ਚੁੱਕੀ ਹੈ। ਦੇਰ ਆਰ ਲੋਟ ਆਫ ਪੀਪਲ ਅਰਾਊਂਡ ਦਾ ਵਰਲਡ, ਕਿੰਨੇ ਸਾਰੇ ਲੋਕੀ ਇਹਨੂੰ ਦੁਨੀਆ ਭਰ ਵਿੱਚ ਸ਼ੇਅਰ ਕਰ ਰਹੇ ਨੇ, ਵੀਡੀਓਜ਼ ਆ ਰਹੀਆਂ ਨੇ, ਲੋਕਾਂ ਦੇ ਕਮੈਂਟਸ ਆ ਰਹੇ ਨੇ। ਤੁਸੀਂ ਦੇਖੋ ਕਿ ਲੋਕਾਂ ਦੇ ਇਸ ਤਰ੍ਹਾਂ ਦੇ ਵੀ ਕਮੈਂਟ, ਅੱਜ ਮੈਂ ਚੈੱਕ ਕਰ ਰਿਹਾ ਸੀਗਾ, ਉਹਨਾਂ ਨੇ ਕੀਤਾ ਕਿ ਆਈ ਫਾਲੋਡ ਆਲ ਦ ਇਨਸਟਰਕਸ਼ਨਸ ਗਿਵਨ ਇਨ ਦ ਬੁੱਕ ਬਾਈ ਡਾਕਟਰ ਕਮਲਪ੍ਰੀਤ ਸਿੰਘ ਐਂਡ ਆਈ ਐਮ ਗੈਟਿੰਗ ਬੈਨੀਫਿਟ ਐਂਡ ਮਾਈ ਡਾਇਬੀਟੀਜ਼ ਹੈਜ਼ ਬੀਨ ਕਿਉਰਡ। ਯਾਨੀ 2 ਮਹੀਨੇ ਵਿੱਚ ਹੀ ਫਾਲੋ ਕਰਕੇ ਲੋਕਾਂ ਦੀ ਡਾਇਬੀਟੀਜ਼ ਠੀਕ ਹੋਣ ਲੱਗ ਪਈ ਹੈਗੀ। ਸੋ ਕਹਿਣ ਦਾ ਭਾਵ ਕਿ ਇਹ ਕਿੰਨਾ ਵੱਡਾ ਲੋਕਾਂ ਵਾਸਤੇ ਇੱਕ ਗਿਫਟ ਹੈ ਕਿ ਘਰ ਵਿੱਚ ਹੀ ਇੱਕ ਪੁਸਤਕ ਪੜ੍ਹ ਕੇ ਆਪਣੀ ਡਾਇਬੀਟੀਜ਼ ਨੂੰ ਘਰ ਵਿੱਚ ਹੀ ਉਹ ਠੀਕ ਕਰ ਪਾ ਰਹੇ ਨੇ ਬਿਨਾਂ ਕਿਸੇ ਦਵਾਈ ਦੀ ਲੋੜ ਦੇ। ਸੋ ਇਹਦੇ ਕੰਟੈਂਟਸ ਦੀ ਆਪਾਂ ਅਗਰ ਗੱਲ ਕਰੀਏ ਤਾਂ ਇਸ ਬੁੱਕ ਦੇ ਵਿੱਚ ਅਸੀਂ ਡਿਜ਼ੀਜ਼ ਬਾਰੇ ਔਰ ਸਪੈਸੀਫਿਕਲੀ ਡਾਇਬੀਟੀਜ਼ ਟਾਈਪ 2 ਔਰ ਹਾਈਪਰਟੈਂਸ਼ਨ ਦੀ ਕਾਜ਼ਸ, ਉਹਦੇ ਡਾਇਗਨੋਸਿਸ ਬਾਰੇ, ਉਹਦੇ ਟ੍ਰੀਟਮੈਂਟ ਬਾਰੇ ਤੇ ਉਹਦੇ ਨੈਚੁਰਲ ਡਾਈਟ ਬਾਰੇ ਇਨਫੋਰਮੇਸ਼ਨ ਦਿੱਤੀ ਹੋਈ ਹੈ। ਪਲੱਸ ਇਹਦੇ ਵਿੱਚ ਕੁਝ ਸਾਤਵਿਕ ਹੈਲਥੀ ਰੈਸਿਪੀਜ਼ ਹੈਗੀ ਜੋ ਤੁਸੀਂ ਜਦ ਇੱਕ ਨੈਚੁਰਲ ਡਾਈਟ ਐਂਡ ਲਾਈਫ ਸਟਾਈਲ ਫਾਲੋ ਕਰਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਹੁੰਦਾ ਕਿ ਹੁਣ ਬਣਾਈਏ ਕੀ, ਤੇ ਉਹ ਬਣਾਉਣ ਦਾ ਤਰੀਕਾ ਜਿਹੜਾ ਹੈਗਾ ਸਾਰਾ ਡਿਟੇਲ ਵਿੱਚ ਐਕਸਪਲੇਨ ਕੀਤਾ ਹੋਇਆ ਹੈ। ਤੋ ਜੋ ਵੀ ਇਸ ਬੁੱਕ ਨੂੰ ਪੜ੍ਹਦਾ ਹੈਗਾ ਸੋ ਉਹਨੂੰ ਇੱਕ ਤਾਂ ਨੈਚੁਰਲ ਡਾਈਟ ਐਂਡ ਲਾਈਫ ਸਟਾਈਲ ਵਾਲੀ ਸਮਝ ਆਉਂਦੀ ਹੈ ਤੇ ਜਿਹੜੀ ਬਿਮਾਰੀਆਂ ਨੇ ਉਹਦੇ ਕੌਜ਼ ਨੂੰ ਸਮਝਦਾ ਹੈ। ਅੱਜਕੱਲ ਕੀ ਹੈਗਾ, ਜਿਹੜਾ ਟ੍ਰੀਟਮੈਂਟ ਹਸਪਤਾਲਾਂ ਵਿੱਚ ਦਿੱਤਾ ਜਾ ਰਿਹਾ ਉਹ ਕੌਜ਼ ਤੇ ਵਰਕ ਨਹੀਂ ਕਰਦਾ, ਜੜ ਤੇ ਕੰਮ ਨਹੀਂ ਕਰਦਾ ਤੇ ਐਜ਼ ਅ ਰਿਜ਼ਲਟ ਬੰਦਾ ਦਵਾਈ ਪੂਰੀ ਲਾਈਫ ਖਾਂਦਾ ਰਹਿੰਦਾ ਹੈਗਾ, ਜੜ ਤੋਂ ਬਿਮਾਰੀ ਕਦੇ ਠੀਕ ਨਹੀਂ ਹੁੰਦੀ। ਤੋ ਇਸ ਬੁੱਕ ਵਿੱਚ ਅਸੀਂ ਐਕਸਪਲੇਨ ਕੀਤਾ ਹੈਗਾ ਕਿ ਬਿਮਾਰੀ ਦੀ ਜੜ ਕੀ ਹੈ, ਜੜ ਨੂੰ ਅਗਰ ਅਸੀਂ ਪਕੜ ਲਿਆ, ਜੜ ਨੂੰ ਠੀਕ ਕਰ ਲਿਆ ਤੇ ਸਾਡੀ ਬਿਮਾਰੀ ਫਿਰ ਦੁਬਾਰਾ ਵਾਪਸ ਨਹੀਂ ਆਉਂਦੀ। ਜੀ ਤੇ ਡਾਕਟਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਕਾਫੀ ਬਿਮਾਰੀਆਂ ਦੇ ਬਾਰੇ ਜ਼ਿਕਰ ਕੀਤਾ ਗਿਆ ਵਾ ਇਸ ਬੁੱਕ ਦੇ ਵਿੱਚ, ਪਰ ਮੈਨੂੰ ਲੱਗਦਾ ਵੀ ਜਿਹੜੀ ਡਾਇਬੀਟੀਜ਼ ਆ ਨਾ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਜਿਹੜੀ ਆ ਸਾਡੀ ਸੋਸਾਇਟੀ ਲਈ, ਕਮਿਊਨਿਟੀ ਲਈ ਕ੍ਰੀਏਟ ਹੋ ਚੁੱਕੀ ਆ। ਮੈਂ ਥੋੜ੍ਹੇ ਜਿਹੇ ਡਾਟਾ ਤੁਹਾਡੇ ਨਾਲ ਸ਼ੇਅਰ ਕਰਦਾ ਵਾਂ। WHO ਦੀ ਇਹ ਰਿਪੋਰਟ ਹੈਗੀ ਆ, ਉਹਨਾਂ ਦਾ ਡਾਟਾ ਹੈ ਜੀ, ਵਰਲਡਵਾਈਡ ਇਸ ਵੇਲੇ 422 million 422 million ਲੋਕ ਜਿਹੜੇ ਨੇ ਉਹ ਡਾਇਬੀਟੀਜ਼ ਦੇ ਨਾਲ ਇਸ ਵੇਲੇ ਗ੍ਰਸਤ ਨੇ ਜੀ। ਔਰ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਲੋ ਇਨਕਮ ਅਤੇ ਮਿਡਲ ਇਨਕਮ ਕੰਟਰੀਜ਼ ਜਿਹੜੇ ਆ ਉਹਨਾਂ ਦੇ ਵਿੱਚ ਪਾਏ ਜਾਂਦੇ ਨੇ। ਅਤੇ ਇਸੇ ਤਰ੍ਹਾਂ ਅਗਰ ਡੈਥ ਦੀ ਗੱਲ ਕਰੀਏ ਤਾਂ 1.5 million ਡੈਥ ਜਿਹੜੀਆਂ ਨੇ ਜੀ ਉਹ ਡਾਇਰੈਕਟਲੀ ਡਾਇਬਿਟੀਜ਼ ਨਾਲ ਐਟਰੀਬਿਊਟਡ ਨੇ। ਐਵਰੀ ਈਅਰ, ਹਰ ਸਾਲ ਦੀ ਗੱਲ ਕਰ ਰਿਹਾ ਜੀ, 1.5 million ਡੈਥਸ ਹੁੰਦੀਆਂ ਨੇ। ਸੋ ਇਹ ਡਾਟਾ ਹੀ ਦੱਸਦਾ ਵਾ ਵੀ ਇਹ ਪ੍ਰੋਬਲਮ ਜਿਹੜੀ ਆ ਕਿੰਨੀ ਗੰਭੀਰ ਆ ਔਰ ਕਿੰਨੀ ਦੁਨੀਆ ਜਿਹੜੀ ਆ ਇਸ ਤੋਂ ਇਸ ਵੇਲੇ ਗ੍ਰਸਤ ਹੈਗੀ ਆ। WHO ਦੀ ਜਦੋਂ ਮੈਂ ਗੱਲ ਕਰਦਾ ਵਾਂ ਜੀ ਤੇ ਉਹ ਡਾਇਬਟੀਜ਼ ਨੂੰ ਇੱਕ ਡਿਸੀਜ਼ ਦੱਸਦੇ ਨੇ, ਪਰ ਮੈਂ ਤੁਹਾਨੂੰ ਇੱਕ ਦੋ ਜਗ੍ਹਾ ਤੇ ਸੁਣਿਆ ਵਾ ਤੁਸੀਂ ਕਹਿੰਦੇ ਨਹੀਂ ਜੀ ਇਹ ਡਿਸੀਜ਼ ਨਹੀਂ ਹੈਗੀ, ਇਹ ਮੈਡੀਕਲ ਕੰਡੀਸ਼ਨ ਆ। ਸੋ ਥੋੜਾ ਜਿਹਾ ਪਹਿਲਾਂ ਤੇ ਆਪਾਂ ਡਾਇਬਟੀਜ਼ ਨੂੰ ਡਿਫਾਈਨ ਕਰ ਲਈਏ ਜੀ। ਹਾਂਜੀ, ਸੋ ਡਾਇਬਟੀਜ਼ ਜਿਵੇਂ ਕਿ ਆਪਾਂ ਗੱਲ ਕੀਤੀ ਸੀ, ਇਹ ਡਿਜ਼ੀਜ਼ ਤਾਂ ਨਹੀਂ ਹੈਗੀ, ਇਹ ਮੈਡੀਕਲ ਕੰਡੀਸ਼ਨ ਹੀ ਹੈਗੀ। ਔਰ ਇਹਨੂੰ ਹੁਣ ਜਾ ਕੇ ਮੈਡੀਕਲ ਸਾਇੰਸ ਵਿੱਚ ਇਹਨੂੰ ਮੈਟਾਬੋਲਿਕ ਸਿੰਡਰੋਮ ਕਿਹਾ ਜਾਂਦਾ ਹੈ। ਮੈਟਾਬੋਲਿਕ ਸਿੰਡਰੋਮ ਜੀ, ਯਾਨੀ ਜਿਹੜਾ ਬਾਡੀ ਦਾ ਮੈਟਾਬੋਲਿਜ਼ਮ ਹੈਗਾ ਉਸ ਮੈਟਾਬੋਲਿਜ਼ਮ ਵਿੱਚ ਕੋਈ ਡਿਫੈਕਟ ਆ ਜਾਂਦਾ ਹੈਗਾ, ਜਿਸ ਕਰਕੇ ਇਨਸੂਲਿਨ ਜਿਹੜੀ ਹੈਗੀ ਹੈ ਉਹ ਪ੍ਰੋਪਰਲੀ ਸ਼ੂਗਰ ਨੂੰ ਟਰਾਂਸਪੋਰਟ ਤੇ ਯੂਟੀਲਾਈਜ਼ ਨਹੀਂ ਕਰਵਾ ਪਾਉਂਦਾ। ਐਜ਼ ਅ ਰਿਜ਼ਲਟ ਕੁਝ ਸਿੰਪਟਮਸ ਆਉਂਦੇ ਨੇ ਜਿਹੜੇ ਡਾਇਬੀਟੀਜ਼ ਦੇ ਸਿੰਪਟਮਸ ਕਹਿੰਦੇ ਆ, ਜਿਹਨੂੰ ਕਿ ਵਾਰ ਵਾਰ ਪਿਸ਼ਾਬ ਆਉਣਾ, ਅੱਖਾਂ ਦੇ ਅੱਗੇ ਧੁੰਦਲਾਪਨ ਛਾ ਜਾਣਾ, ਵੇਟ ਲੋਸ ਹੋ ਜਾਣਾ, ਐਨਰਜੀ ਡਾਊਨ ਹੋ ਜਾਣੀ, ਥੱਕਿਆ ਥੱਕਿਆ ਲੱਗਣਾ ਸ਼ੁਰੂ ਹੋ ਜਾਣਾ, ਸੋ ਹੱਥ ਪੈਰਾਂ ਵਿੱਚ ਥੋੜੀ ਜਿਹੀ ਵੀਕਨੈਸ ਲੱਗਣੀ। ਸੋ ਇਹ ਸਾਰੇ ਜਿਹੜੇ ਸਿੰਪਟਮਸ ਨੇ ਇਹ ਸਾਰੇ ਆਉਂਦੇ ਨੇ ਕਿਉਂਕਿ ਸਾਡੀ ਬਾਡੀ ਦੇ ਵਿੱਚ ਜਿਹੜਾ ਮੈਟਾਬੋਲਿਜ਼ਮ ਹੈਗਾ, ਕੋਈ ਵੀ ਚੀਜ਼ ਆਪਾਂ ਖਾਂਦੇ ਆ ਨਾ ਤੇ ਉਹ ਪਹਿਲਾਂ ਜਾ ਕੇ ਡਾਈਜੈਸਟ ਹੁੰਦੀ ਹੈ, ਡਾਈਜੈਸਟ ਹੋ ਕੇ ਫਿਰ ਬਾਡੀ ਵਿੱਚ ਅਬਜ਼ੋਰਬ ਹੁੰਦੀ ਹੈ, ਅਬਜ਼ੋਰਬ ਹੋ ਕੇ ਐਲੀਮੀਨੇਟ ਹੁੰਦੀ ਹੈ। ਸੋ ਇਸ ਪ੍ਰੋਸੈਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਡਿਫੈਕਟ ਆ ਜਾਂਦਾ ਹੈ, ਕੋਈ ਪ੍ਰੋਬਲਮ ਆ ਜਾਂਦੀ ਹੈਗੀ ਹੈ, ਚਾਹੇ ਆਪਾਂ ਗੱਲ ਕਰੀਏ ਲੀਵਰ ਦੇ ਵਿੱਚ ਪ੍ਰੋਬਲਮ ਆਏ ਜਾਂ ਪੈਨਕਰੀਆਜ਼ ਵਿੱਚ ਆਏ, ਜਿਸ ਕਰਕੇ ਖੂਨ ਵਿੱਚ ਸਾਡਾ ਸ਼ੂਗਰ ਜਿਹੜਾ ਹੈਗਾ ਇੱਕ ਮਾਤਰਾ ਤੋਂ ਜ਼ਿਆਦਾ ਰਹਿਣ ਲੱਗ ਪੈਂਦਾ ਹੈਗਾ। ਸੋ ਇਹਨੂੰ ਫਿਰ ਡਾਇਬਿਟੀਜ਼ ਕਹਿ ਦਿੱਤਾ ਜਾਂਦਾ ਹੈ। ਐਂਡ ਦਿਸ ਇਜ਼ ਅ ਮੈਡੀਕਲ ਕੰਡੀਸ਼ਨ, ਕੰਡੀਸ਼ਨ ਯਾਨੀ ਕਿ ਜੋ ਵਧਦੀ ਘਟਦੀ ਰਹਿੰਦੀ ਹੈ, ਯਾਨੀ ਕਿ ਕਹਿ ਲਓ ਕਿ ਇਸ ਟਾਈਮ ਮੇਰਾ ਜਿਹੜਾ ਸ਼ੂਗਰ ਹੈਗਾ ਉਹ ਵੱਖਰਾ ਹੋਏਗਾ, ਸਵੇਰ ਨੂੰ ਵੱਖਰਾ ਹੋਏਗਾ, ਦੁਪਹਿਰ ਨੂੰ ਵੱਖਰਾ ਹੋਏਗਾ, ਜਦ ਮੈਂ ਐਕਸਰਸਾਈਜ਼ ਕਰਾਂਗਾ ਤਾਂ ਉਸ ਟਾਈਮ ਵੱਖਰਾ ਹੋਏਗਾ, ਸਰਦੀਆਂ ਵਿੱਚ ਵੱਖਰਾ ਹੋਏਗਾ, ਗਰਮੀਆਂ ਵਿੱਚ ਵੱਖਰਾ ਹੋਏਗਾ, ਇੱਕ ਛੋਟੇ ਬੱਚੇ ਦਾ ਵੱਖਰਾ ਲੈਵਲ ਦਾ ਹੋਏਗਾ, ਇੱਕ ਬਜ਼ੁਰਗ ਦਾ ਵੱਖਰੇ ਲੈਵਲ ਦਾ ਹੋਏਗਾ। ਸੋ ਇਹ ਕੰਡੀਸ਼ਨ ਹੈਗੀ ਜੋ ਅਪ ਡਾਊਨ ਹੁੰਦੀ ਰਹਿੰਦੀ ਹੈਗੀ। ਸੋ ਇਸੇ ਤਰ੍ਹਾਂ ਬੀਪੀ ਹੈਗਾ, ਅਗਰ ਬੀਪੀ ਦੀ ਆਪਾਂ ਗੱਲ ਕਰੀਏ, ਜਦੋਂ ਬੰਦਾ ਆਰਾਮ ਨਾਲ ਘਰ ਵਿੱਚ ਬੈਠਾ ਹੋਇਆ ਤਾਂ ਬੀਪੀ ਨਾਰਮਲ 120/80 ਦੇ ਰੇਂਜ ਵਿੱਚ, ਮਤਲਬ ਕਹਿ ਲਓ ਕਿ ਆਮ ਕਰਕੇ ਰਹੇਗਾ, ਪਰ ਜੇ ਉਹ ਐਕਸਰਸਾਈਜ਼ ਕਰ ਰਿਹਾ ਤੇ ਉਹ ਹਾਈ ਬੀਪੀ ਬਣ ਜਾਏਗਾ, ਸਟ੍ਰੈਸ ਵਿੱਚ ਹੋਏਗਾ ਤਾਂ ਜ਼ਿਆਦਾ ਹੋ ਜਾਏਗਾ। ਸੋ ਇਹ ਕੰਡੀਸ਼ਨ, ਮੈਡੀਕਲ ਕੰਡੀਸ਼ਨ ਜੋ ਵੱਧਦੀ ਘਟਦੀ ਰਹਿੰਦੀ ਹੈ ਟਾਈਮ ਦੇ ਅਨੁਸਾਰ। ਹੁਣ ਆਪਾਂ ਗੱਲ ਕਰੀਏ ਕਿ ਇਹ ਹੁੰਦਾ ਕੀ ਹੈ, ਡਾਇਬਿਟੀਜ਼ ਦੀ ਆਪਾਂ ਡਿਫਾਈਨ ਕਰੀਏ ਕਿ ਪ੍ਰੋਬਲਮ ਕੀ ਹੈ। ਡਾਇਬਿਟੀਜ਼ ਕੀ ਹੁੰਦਾ ਹੈ, ਸਾਡੀ ਬਾਡੀ ਵਿੱਚ ਸਾਰਿਆਂ ਦੀ ਬਾਡੀ ਵਿੱਚ ਸ਼ੂਗਰ ਹੁੰਦੀ ਹੈ, ਸ਼ੂਗਰ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈਗੀ, ਲੇਕਿਨ ਸ਼ੂਗਰ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈਗੀ। ਸ਼ੂਗਰ ਸਾਨੂੰ ਚਾਹੀਦਾ ਹੈਗਾ, ਜੋ ਆਪਾਂ ਬੋਲ ਰਹੇ ਹਾਂ, ਆਪਾਂ ਸੁਣ ਰਹੇ ਹਾਂ, ਆਪਾਂ ਜੋ ਵੀ ਕੰਮ ਕਾਜ
ਜੇ ਇੱਕ ਰੇਂਜ ਤੋਂ ਉੱਤੇ ਰਹਿਣ ਲੱਗ ਪਵੇ ਤੇ ਬਾਡੀ ਵਿੱਚ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਹਨੂੰ ਫਿਰ ਡਾਇਬੀਟੀਜ਼ ਕਹਿ ਦਿੱਤਾ ਜਾਂਦਾ ਹੈ। ਸੋ ਸ਼ੂਗਰ ਇਜ਼ ਗੁੱਡ ਫਾਰ ਆਲ ਆਫ ਅਸ, ਪਰ ਅਗਰ ਇੱਕ ਰੇਂਜ ਤੋਂ ਉੱਤੇ ਰਹਿਣ ਲੱਗ ਪਏ ਤਾਂ ਉਹ ਡਾਇਬੀਟੀਜ਼ ਟਾਈਪ 2 ਨੂੰ ਕਹਿ ਦਿੱਤਾ ਜਾਂਦਾ ਹੈ, ਜਾਂ ਡਾਇਬੀਟੀਜ਼ ਟਾਈਪ 1 ਵੀ ਕਿਹਾ ਜਾਂਦਾ ਬੱਚਿਆਂ ਦੇ ਕੇਸਿਸ ਦੇ। ਜੀ ਤੇ ਇਹ ਤਾਂ ਹੋ ਗਈ ਭਾਜੀ ਡਾਇਬੀਟੀਜ਼ ਦੀ ਡੈਫੀਨੇਸ਼ਨ। ਜਦੋਂ ਆਪਾਂ ਇਹਨੂੰ ਮਈਅਰ ਕਰਦੇ ਹਾਂ, ਇੰਡੀਆ ਦੇ ਵਿੱਚ ਯੂਨਿਟਸ ਇਹਦੀਆਂ ਡਿਫਰੈਂਟ ਨੇ, ਕੈਨੇਡਾ ਅਮਰੀਕਾ ਦੇ ਵਿੱਚ ਯੂਨਿਟਸ ਡਿਫਰੈਂਟ ਨੇ। ਇੰਡੀਆ ਦੇ ਵਿੱਚ ਮੈਂ ਜੇ ਗਲਤ ਨਾ ਹੋਵਾਂ ਤੇ ਉੱਥੇ ਜੀ ਮਿਲੀਗ੍ਰਾਮ ਡੈਸੀਲੀਟਰ ਕਹਿ ਦਿੰਦੇ ਨੇ, ਤੇ ਹਾਂਜੀ ਕੈਨੇਡਾ ਵਰਗੇ ਕੰਟਰੀਜ਼ ਦੇ ਵਿੱਚ ਆਪਾਂ ਮਿਲੀ ਮੋਲ ਪਰ ਲੀਟਰ ਕਹਿ ਦਿੰਦੇ ਆ। ਔਰ ਮੈਨੂੰ ਲੱਗਦਾ ਵੀ ਇੰਡੀਆ ਵਿੱਚ ਅਪ ਟੂ 126 ਤੇ ਕੈਨੇਡਾ ਦੇ ਵਿੱਚ 7 ਕੁ ਤੱਕ ਨੂੰ ਆਪਾਂ ਨਾਰਮਲ ਮੰਨਦੇ ਵੀ ਇਹ ਬੰਦਾ ਤੰਦਰੁਸਤ ਹੈਗਾ। ਪਰ WHO ਦੀ ਰਿਪੋਰਟ ਵੀ ਜਦੋਂ ਪੜ੍ਹਦੇ ਆ ਜਾਂ ਹੋਰ ਵੱਖ-ਵੱਖ ਜਿਹੜੇ ਸੋਰਸਸ ਨੇ, ਇਹ ਦੱਸਦੇ ਆ ਵੀ ਟਾਈਮ ਟੂ ਟਾਈਮ ਜਿਹੜੀ ਇਹ ਪੈਰਾਮੀਟਰਸ ਨੇ, ਮੈਜ਼ਰਮੈਂਟ ਨੇ, ਮਾਪਦੰਡ ਨੇ, ਇਹ ਚੇਂਜ ਹੁੰਦੇ ਰਹੇ ਨੇ। ਇਹਦੇ ਕੀ ਕਾਰਨ ਹੋ ਸਕਦੇ? ਹਾਂਜੀ, ਕਾਰਨ ਇਹੀ ਹੋ ਸਕਦਾ ਹੈਗਾ ਕਿ ਜਿਹੜੀ ਫਾਰਮਾਸਿਊਟੀਕਲ ਇੰਡਸਟਰੀ ਹੈ, ਅਗਰ ਉਹਨਾਂ ਨੇ ਪ੍ਰੋਫਿਟਸ ਬਿਲਡਿੰਗ ਕਰਨੀ ਹੈਗੀ ਤੇ ਪ੍ਰੋਫਿਟ ਬਿਲਡਿੰਗ ਕਰਨ ਵਾਸਤੇ ਦੇ ਨੀਡ ਮੋਰ ਪੇਸ਼ੈਂਟਸ। ਜਿੰਨੇ ਜੀ ਜ਼ਿਆਦਾ ਪੇਸ਼ੈਂਟਸ ਹੋਣਗੇ, ਉਨੀ ਜ਼ਿਆਦਾ ਦਵਾਈਆਂ ਵਿਕਣਗੀਆਂ, ਉਨੀ ਜ਼ਿਆਦਾ ਥੈਰੇਪੀਆਂ ਵਿਕਣਗੀਆਂ, ਜਿੰਨੀ ਜ਼ਿਆਦਾ ਸੇਲ ਹੋਏਗੀ ਉਨਾ ਜ਼ਿਆਦਾ ਪ੍ਰੋਫਿਟ ਹੋਏਗਾ। ਤੋ ਇਹ ਅੰਕੜੇ ਜਿਹੜੇ ਹੈਗੇ ਇਹ ਸਾਲ ਬਾਈ ਸਾਲ ਇਹਨੂੰ ਘਟਾਇਆ ਗਿਆ ਹੈਗਾ ਤਾਂ ਕਿ ਮੋਰ ਐਂਡ ਮੋਰ ਪੇਸ਼ੈਂਟਸ ਆਫ ਡਾਇਬੀਟੀਜ਼ ਕੈਨ ਬੀ ਕ੍ਰੀਏਟਡ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਹੈਗਾ, ਅੱਜ ਤੋਂ ਆਪਾਂ 30 ਸਾਲ ਪਹਿਲਾਂ ਚਲੇ ਜਾਈਏ, 1997 ਤੋਂ ਪਹਿਲਾਂ ਚਲੇ ਜਾਈਏ, ਤੇ ਉਸ ਟਾਈਮ ਤੱਕ ਕੀ ਸੀਗਾ ਕਿ ਸਾਨੂੰ ਪਤਾ ਸੀਗਾ ਕਿ ਸ਼ੂਗਰ ਜਿਹੜੀ ਹੈਗੀ ਬਲੱਡ ਵਿੱਚ ਅਗਰ ਜ਼ਿਆਦਾ ਹੋਵੇ ਇੱਕ ਲੈਵਲ ਤੋਂ ਤੇ ਮਾੜੀ ਹੁੰਦੀ ਹੈ, ਪਰ ਜੀ ਕਿੰਨੀ ਹੋਏ ਇਹਦੇ ਬਾਰੇ ਕਿਸੇ ਨੂੰ ਕਨਫਰਮ ਸ਼ੋਰ ਸ਼ੋਟ ਨਹੀਂ ਪਤਾ ਸੀਗਾ। ਤੋ ਉਸ ਟਾਈਮ ਤੇ ਅਗਰ ਕਿਸੇ ਦਾ ਸ਼ੂਗਰ 200 ਤੋਂ ਥੱਲੇ ਹੁੰਦਾ ਸੀਗਾ, 200 mg ਪਰ ਡੈਸੀਲੀਟਰ ਤੋਂ, ਤੇ ਉਹਨੂੰ ਨਾਰਮਲ ਮੰਨਿਆ ਜਾਂਦਾ ਸੀਗਾ, ਦਵਾਈਆਂ ਨਹੀਂ ਦਿੱਤੀਆਂ ਜਾਂਦੀਆਂ ਸੀਗੀਆਂ। ਲੇਕਿਨ ਜੀ ਅੱਜ ਕੱਲ ਤੁਸੀਂ ਦੇਖੋ 126 mg ਪਰ ਡੈਸੀਲੀਟਰ ਨੂੰ ਨਾਰਮਲ ਕਿਹਾ ਜਾਂਦਾ ਹੈ, ਤੇ ਈਵਨ ਹੁਣ ਤਾਂ ਦੇਖਿਆ ਜਾਂਦਾ ਹੈ ਕਿ ਜੇ ਕਿਸੇ ਦਾ 100 ਤੋਂ ਉੱਤੇ ਰਹਿਣ ਲੱਗ ਪਵੇ ਤਾਂ ਵੀ ਦਵਾਈਆਂ ਫੜਾ ਦਿੱਤੀਆਂ ਜਾਂਦੀਆਂ ਨੇ, ਤੇ ਪ੍ਰੀ ਡਾਇਬੀਟੀਜ਼ ਵਰਗੇ ਸ਼ਬਦ ਬਣਾ ਦਿੱਤੇ ਗਏ ਨੇ। ਯਾਨੀ ਕਿ ਅੱਜ ਤੁਸੀਂ ਡਾਇਬੀਟੀਜ਼ ਨਹੀਂ ਹੋਈ ਹੈ ਤਾਂ ਹੋਣ ਵਾਲੀ ਹੈ, ਯਾਨੀ ਤੁਸੀਂ ਪ੍ਰੀ ਡਾਇਬੀਟਿਕ ਹੋ, ਤਾਂ ਉਹਦੇ ਵਾਸਤੇ ਹੋਰ ਦਵਾਈਆਂ ਖਾਣੀਆਂ ਪੈਣਗੀਆਂ। ਸੋ ਇਸ ਤਰ੍ਹਾਂ ਅਗਰ ਤੁਸੀਂ ਸੋਚੋ ਕਿ ਅੱਜ ਮੰਨ ਲਓ ਕ੍ਰਾਈਟੇਰੀਆ ਹੈਗਾ 200 mg ਪਰ ਡੈਸੀਲੀਟਰ ਦਾ, ਤੇ ਕੱਲ ਜੀ ਨੂੰ ਰਿਪੋਰਟ ਆ ਗਈ WHO ਦੀ ਕਿ ਨਹੀਂ ਹੁਣ 200 ਨਹੀਂ ਹੈਗਾ, ਹੁਣ 126 ਹੈਗਾ, ਤੇ ਜਿਹੜੇ ਲੋਕਾਂ ਦਾ 150 160 ਤੇ ਰਹਿ ਰਿਹਾ ਸੀਗਾ ਉਹ ਤਾਂ ਰਾਤੋ ਰਾਤ ਡਾਇਬੀਟੀਜ਼ ਦੇ ਪੇਸ਼ੈਂਟ ਹੀ ਬਣ ਗਏ। ਬਿਲਕੁਲ ਸੋ ਕਿੰਨੇ ਲੋਕ ਇਸ ਤਰ੍ਹਾਂ ਡਾਇਬੀਟੀਜ਼ ਦੇ ਚਮੇਟ ਵਿੱਚ ਆ ਗਏ ਜਦਕਿ ਡਾਇਬੀਟੀਜ਼ ਦੇ ਪੇਸ਼ੈਂਟ ਨਹੀਂ ਸੀਗੇ। ਸੋ ਇਸ ਤਰ੍ਹਾਂ ਇਹ ਜਿਹੜਾ ਅੰਕੜਾ ਹੈਗਾ ਇਹ ਲਗਾਤਾਰ ਘਟਾਇਆ ਗਿਆ ਹੈਗਾ, ਪਰ ਆਪਾਂ ਅਗਰ ਇਸ ਦੇ ਵਿੱਚ ਸਮਝੀਏ ਕਿ ਫੈਕਟ ਆਫ ਦਾ ਮੈਟਰ ਕੀ ਹੈ, ਫੈਕਟ ਆਫ ਦਾ ਮੈਟਰ ਇਹ ਹੈ ਕਿ ਹੈਲਦੀ ਬੰਦੇ ਦੀ ਨਾ ਕੁਝ ਸਿੰਪਟਮਸ ਹੁੰਦੀਆਂ ਨੇ, ਕੁਝ ਨਿਸ਼ਾਨੀਆਂ ਹੁੰਦੀਆਂ ਨੇ, ਜੇ ਸਾਡੀ ਜੀ ਬਾਡੀ ਵਿੱਚ એનર્ਜੀ ਕਾਫੀ ਅੱਛੀ ਹੈ, ਸਾਡਾ ਵੇਟ ਨਾਰਮਲ ਹੈਗਾ, ਸਾਡਾ ਪੇਟ ਡੇਲੀ ਸਾਫ਼ ਹੁੰਦਾ ਹੈ, ਸਾਡੇ ਪੇਟ ਵਿੱਚ ਹਰ ਟਾਈਮ ਗੈਸ ਨਹੀਂ ਰਹਿੰਦੀ, ਇਸ ਤੋਂ ਇਲਾਵਾ ਸਾਨੂੰ ਨੀਂਦ ਚੰਗੀ ਆਉਂਦੀ ਹੈ, ਸਾਡੀ ਬਾਡੀ ਵਿੱਚ ਕਿਸੇ ਪ੍ਰਕਾਰ ਦਾ ਕੋਈ ਦਰਦ ਨਹੀਂ ਹੈਗਾ, ਤੇ ਓਵਰਆਲ ਸਾਡਾ ਮੂਡ ਅੱਛਾ ਹੈਗਾ, ਅਸੀਂ ਸੀੜੀਆਂ ਚੜ ਪਾਉਂਦੇ ਹਾਂ, ਅਸੀਂ ਥੋੜੀ ਬਹੁਤ ਐਕਸਰਸਾਈਜ਼ ਕਰਨੀ ਚਾਹੁੰਦੇ ਹਾਂ ਉਹ ਕਰ ਸਕਦੇ ਹਾਂ, ਤੇ ਇਹ ਸਾਰਾ ਕੁਝ ਆਪਾਂ ਕਰ ਪਾ ਰਹੇ ਹਾਂ, ਦੈਟ ਮੀਨਸ ਕਿ ਵੀ ਆਰ ਓਵਰਆਲ ਹੈਲਦੀ ਹੈ। ਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤੇ ਬਾਡੀ ਇੰਡੀਕੇਟ ਕਰੇਗੀ ਥਰੂ ਸਿੰਪਟਮਸ। ਸਿੰਪਟਮਸ ਜਿਵੇਂ ਕਿ ਆਪਾਂ ਗੱਲ ਕੀਤੀ ਸੀ ਕਿ ਐਕਸੈਸ ਯੂਰੀਨੇਸ਼ਨ ਹੋ ਗਈ, ਬਾਡੀ ਵਿੱਚ ਪੇਨ ਹੋਣਾ ਹੋ ਗਿਆ, ਥਕਾਨ ਲੱਗਣੀ ਹੋ ਗਈ, ਨੀਂਦ ਪ੍ਰੋਪਰਲੀ ਨਾ ਆਉਣਾ ਹੋ ਗਈ, ਮੈਮਰੀ ਜੀ ਲਾਸ ਹੋ ਗਈ। ਸੋ ਇਹ ਸਾਰੀ ਚੀਜ਼ਾਂ ਸਾਨੂੰ ਦੱਸਦੀਆਂ ਨੇ ਕਿ ਕੋਈ ਨਾ ਕੋਈ ਪ੍ਰੋਬਲਮ ਹੈ ਤੇ ਇਹਨੂੰ ਫਿਕਸ ਕਰਨ ਦੀ ਲੋੜ ਹੈ। ਸੋ ਇੱਥੇ ਮੈਂ ਕੰਪੈਰੀਜ਼ਨ ਦਿੰਦਾ ਹੁੰਦਾ ਕਿ ਫੋਰ ਐਗਜ਼ਾਮਪਲ ਆਪਾਂ ਮੰਨੀਏ ਕਿ ਕਿਸੇ ਦਾ ਸ਼ੂਗਰ ਅਗਰ 200 ਤੋਂ ਉੱਤੇ ਆ ਰਿਹਾ ਹੈ, ਲੇਕਿਨ ਉਹ ਸਾਰੀ ਹੈਲਦੀ ਪੈਰਾਮੀਟਰਸ ਵਿੱਚ ਚੰਗਾ ਹੈਗਾ, ਮਤਲਬ ਸਭ ਕੁਝ ਉਹ ਕਰ ਪਾ ਰਿਹਾ ਹੈ, ਲੇਕਿਨ ਕਿਸੇ ਦਾ ਸ਼ੂਗਰ ਲੈਵਲ ਜਿਹੜਾ ਹੈਗਾ ਉਹ 110 120 130 ਤੇ ਆ ਰਿਹਾ ਹੈ, ਲੇਕਿਨ ਉਹ ਉਹਦੇ ਵਿੱਚ એનર્ਜੀ ਇੰਨੀ ਨਹੀਂ ਹੈਗੀ, ਉਹਦਾ ਪੇਟ ਸਾਫ਼ ਨਹੀਂ ਹੁੰਦਾ, ਉਹਨੂੰ ਹੋਰ ਤਰ੍ਹਾਂ ਦੀ ਪ੍ਰੋਬਲਮਸ ਹੈਗੀਆਂ। ਸੋ ਕਿਸੇ ਜਿਹੜਾ ਬੰਦਾ 200 ਤੋਂ ਉੱਤੇ ਵਾਲਾ ਸੀਗਾ ਪਰ ਹੈਲਦੀ ਸੀਗਾ, ਉਹ ਵਾਲਾ ਵਧੀਆ ਹੋਇਆ ਕਿ ਜਿਹਦਾ ਸ਼ੂਗਰ 140 130 ਵਿੱਚ ਸੀਗਾ ਪਰ ਹੈਲਦੀ ਨਹੀਂ ਹੈਗਾ, ਉਹ ਵਧੀਆ ਹੋਇਆ। ਸੋ ਜੀ ਇੱਥੇ ਮੇਨ ਥਿੰਗ ਇਜ਼ ਕਿ ਹੈਲਥ ਸਾਡੀ ਵਧੀਆ ਹੋਣੀ ਚਾਹੀਦੀ ਹੈ, ਰੀਡਿੰਗਸ ਇੰਨੀ ਜ਼ਿਆਦਾ ਮੈਟਰ ਨਹੀਂ ਕਰਦੀ, ਕੁਝ ਹੱਦ ਤੱਕ ਹੀ ਮੈਟਰ ਕਰਦੀਆਂ ਨੇ। ਨਹੀਂ, ਅੱਛੀ ਗੱਲ ਹੈ ਜੀ ਤੁਸੀਂ ਇਹ ਗੱਲ ਸਾਂਝੀ ਕੀਤੀ, ਕਿਉਂਕਿ ਕਈ ਵਾਰੀ ਨਾ ਅੱਜ ਕੱਲ ਜਿਹੜੇ ਡਾਕਟਰ ਨੇ ਸਾਨੂੰ ਰੇਟਿੰਗ ਕਰਕੇ ਹੀ ਡਰਾ ਦਿੰਦੇ ਨੇ, ਤੇ ਨਾਲ ਦੇ ਨਾਲ ਮੈਡੀਕੇਸ਼ਨ ਜਿਹੜੀ ਆ ਉਹ ਸ਼ੁਰੂ ਕਰ ਦਿੰਦੇ ਆ। ਔਰ ਮੈਨੂੰ ਲੱਗਦਾ ਵੀ ਇੱਕ ਵਾਰੀ ਜਦੋਂ ਮੈਡੀਕੇਸ਼ਨ ਸ਼ੁਰੂ ਹੋ ਜਾਏ ਨਾ ਫਿਰ ਉਹ ਰੁਕਦੀ ਨਹੀਂ ਜੀ, ਪਹਿਲਾਂ ਮੈਡੀਕੇਸ਼ਨ ਆ, ਉਸ ਤੋਂ ਬਾਅਦ ਹੌਲੀ ਹੌਲੀ ਉਹ ਇਨਸੂਲਿਨ ਵੱਲ ਨੂੰ ਚਾਲੇ ਪੈ ਜਾਂਦੇ ਨੇ। ਭਾਜੀ ਇਤਫਾਕ ਦੀ ਗੱਲ ਹੈ ਕਿ ਜਿਹੜੀ ਇਨਸੂਲਿਨ ਦੀ ਖੋਜ ਹੈ ਨਾ ਉਹ ਵੀ ਕੈਨੇਡਾ ਦੇ ਵਿੱਚ ਹੋਈ ਸੀਗੀ, ਅੱਛਾ 1921 ਦੇ ਵਿੱਚ ਹੁੰਦੀ ਆ, ਲਗਭਗ ਇੱਕ ਸੈਂਚਰੀ ਹੋ ਚੁੱਕੀ, 100 ਸਾਲ ਹੋ ਚੁੱਕੇ ਨੇ। ਤੇ ਕੈਨੇਡਾ ਦੇ ਸਾਇੰਟਿਸਟ ਸੀਗੇ ਫਰੈਡਰਿਕ ਗ੍ਰਾਂਟ ਬੈਂਟਿੰਗ, ਤੇ ਨਾਲ ਦੇ ਨਾਲ ਉਹਨਾਂ ਦੇ ਕੋ ਸਾਇੰਟਿਸਟ ਸੀਗੇ ਜੌਨ ਮੈਕਲੀਅਰ। ਉਹਨਾਂ ਨੇ ਉਸ ਸਮੇਂ ਇਸ ਇਨਸੂਲਿਨ ਦੀ ਖੋਜ ਕੀਤੀ ਸੀ ਔਰ ਉਹਨਾਂ ਨੂੰ ਇਹਦੇ ਲਈ ਆਈ ਬਿਲੀਵ ਨੋਬਲ ਪ੍ਰਾਈਜ਼ ਜਿਹੜਾ ਫੋਰ ਮੈਡੀਸਨ ਆ ਉਹ ਵੀ ਮਿਲਿਆ ਸੀਗਾ। ਭਾਜੀ ਅਗਰ ਤੁਹਾਨੂੰ ਯਾਦ ਹੋਵੇ ਆਪਣੇ ਬਜ਼ੁਰਗ ਜਿਹੜੇ ਹੁੰਦੇ ਸੀਗੇ ਮੇਲੇ ਮੂਲੇ ਲੱਗਦੇ ਸੀਗੇ ਉੱਥੇ ਜਾਣਾ ਤੇ ਕਿਲੋ ਕਿਲੋ ਜਲੇਬੀਆਂ ਤੇ ਕਿਲੋ ਕਿਲੋ ਲੱਡੂ ਜਿਹੜੇ ਆ ਨਾ ਸ਼ਰਤ ਲਾ ਕੇ ਖਾ ਜਾਂਦੇ ਸੀ, ਘਿਓ ਜਿਹੜਾ ਡੀਕ ਲਾ ਕੇ ਪੀ ਜਾਂਦੇ ਸੀ। ਪਰ ਅੱਜ ਕੱਲ ਇਹ ਜਿਹੜਾ ਮਿੱਠਾ ਵਾ ਇੰਨੀ
हाँ जी, डायबिटीज़ के वधन के काफ़ी सारे कारण ने, जिन्हों में फूड एंड एक्सरसाइज बहुत बड़ा कारण है। फूड जी जरा जिस तरह का आप फूड अजकल कंज्यूम कर रहे हैं, दैट इज़ मोस्टली जंक है, रिफाइंड है, प्रोसेस्ड हैगा, पैकेज हैगा। जब भी प्रोसेसिंग होकर रिफाइन होकर कोई फूड फैक्ट्री में निकलता है ना, तो वो लिविंग एंजाइम्स जड़े ने डेड हो जाते हैं। जब आप जी कंज्यूम करते हैं तो बॉडी में जाके वो डायोक्सिन लाइक सबसटेंसेस प्रोड्यूस करता है, जिस करके बीमारी बनती है। हुण वो बॉडी दे जिस एरिया में जाएगी उत्थे दी बीमारी कॉज करेगी। फॉर एग्जाम्पल, किसी की बॉडी में जेनेटिकली अगर लंग्स कमजोर ने तो उन्हें एजमा दे सकती है, साइनस की प्रॉब्लम जी है, अगर साइनस विच इनफ्लेमेशन कर सकती है, जी सीओपीडी ब्रोंकाइटिस कर सकती है। किसी की अगर लीवर से पैनक्रियाज कमजोर ने तो उन्होंने फैटी लीवर एंड अपना डायबिटीज टाइप 2 हो सकता है। किसी की अगर किडनीज कॉम्प्रोमाइज ने तो किडनी की प्रॉब्लम आ सकती है। तो इसी तरह बॉडी में स्टोन्स बन सकते हैं, ट्यूमर्स बन सकते हैं। सो इस तरह जी बीमारियां ने क्यों होंदिया ने, क्योंकि जिस तरह का आप खाना खा रहे हैं, जिस तरह का आप लाइफ स्टाइल जी रहे हैं, जिन्ना बॉडी में टॉक्सिन बन रहा है, वेस्ट बन रहा है, उन्ना बाहर नहीं निकल पा रहा। सो देखो, जेड़ा अगर मान लो कोई फैक्ट्री है, कोई फैक्ट्री में अगर प्रोडक्शन हो रही है, तो उस प्रोडक्शन के कुछ वेस्ट प्रोडक्ट भी निकलते हैं। जे जी वो वेस्ट प्रोडक्ट बाहर ना निकलन, फैक्ट्री में ही इकट्ठे हो जाए, तो फैक्ट्री में काम करना मुश्किल हो जाता है। सेम इज विद द बॉडी, अगर बॉडी में एनर्जी प्रोड्यूस हो रही है तो उत्थे नाल वेस्ट प्रोडक्ट भी जनरेट हो रहे हैं। जे वो बाहर नहीं निकले, या फिर जिन्हें अंदर आ रहे हैं वेस्ट प्रोडक्ट, उस तो कट बाहर निकल रहे हैं, तो अंदर बीमारी जमा होनी शुरू हो जाती है। क्योंकि साड़ी बॉडी के 4 डिटॉक्स चैनल्स ने, 4 रस्ते हैं, तो बॉडी गंद नू बाहर कटती हैगी। एक जी साड़ा जरा मूत्र है, एक साड़ा मल त्याग जरा होंगे है, एक पसीने के राही, एक जो आप श्वास छड़ते हैं, ये राही जी गंदगी बाहर निकलती है। तो जे असी साड़ा पेट जो कब्जी हैगी, सानू अगर कॉन्स्टिपेशन की प्रॉब्लम है, पेट डेली साफ नहीं होता, गैस बनती है, एसिडिटी बनती है, यह मतलब है कि साढ़े अंदर गंदगी स्टोर हो रही है, और ये स्टोर होते होते अगे जाके वड्डी बीमारियां बन सकती ने। इसे तरह जब आप एक्सरसाइज नहीं करते, शरीर विचों पसीना नहीं बहाते, तो भी बीमारियां अंदर स्टोर होंगी ने। इसी तरह आप अगर जो साढ़े ब्रीदिंग की प्रोसेस है, अगर डीप ब्रीदिंग नहीं जी करते, आप गहरे लंबे सह नहीं लेंगे, तो भी ये प्रॉब्लम क्रिएट करती है। इस तो अलावा जो सा पेशाब के राही किडनी के राही फिल्टर होकर बाहर निकलता है, अगर साड़ी किडनी में जिन्नी कपैसिटी है बाहर फिल्टर करने की, उस तो ज्यादा गंदगी साड़ी बॉडी में बन रही है, तो भी बीमारी साड़े अंदर इकट्ठी हो सकती है। सो दिस इज द रीजन ऑफ फूड कॉजिंग इलनेस। तो डायबिटीज टाइप 2 मोस्टली इज रिलेटेड टू फूड। जे असी अपना खाना पीना सुधार लीए, आप सवेर तो लेके रात तक की अपने मुंह पाते हैं, उन्होंने एक सही प्रोसेस में सैट कर दीए, डायबिटीज टाइप 2 बिल्कुल क्योर हो सकती है। सो डॉक्टर साहब, कुल मिला के आप कह सकते भी कि जरा अपना लाइफ स्टाइल हो गया, दूजा खाण पीन दी आदतां, तो कई बार एक्सरसाइज जी घाट आ, ये मुख्य कारण हो सकते हैं कि क्यों डायबिटीज जी है वो लगातार लोगों के बढ़ रही है। डॉक्टर साहब, एक ब्रेक का समा हो गया, ब्रेक लै लें तो उस तो बाद गलबात आप अगे तोरते हैं जी। तुम कितने ना जाना जी, देखते रहना प्रोग्राम एडमिंटन डायरी, जल्द हाजिर होने जी। प्रोग्राम एडमिंटन डायरी दे विच ब्रेक तो बाद आप जी का मुड़ स्वागत है जी, और साड़ी गलबात चल रही है जी डॉक्टर कमलप्रीत सिंह जी दे नाल, अंटारियो तो संबंध रखते हैं और ये फूड न्यूट्रिशन ने, और कह लो भी तुसी एजुकेटर ने, सानू दस्सदे भी किवें जी फूड आ ताड़ी डाइट आ यही ताड़ियां बीमारियां नू सोल्व कर सकती है। तो डॉक्टर साहब, एक ना मैं ताड़ी वैबसाइट ते वर्ड देखा सी गो सात्विक, पहला तो मैंने ये दस्सो भी गो सात्विक, सात्विक तो नो डाउट एक बहुत पुराना शब्द आ, भारतीय संस्कृति नाल जुड़िया हुआ वा, ये किवें सहाई हो सकता वा साडे लाइफ स्टाइल नू इंप्रूव करने विच। हाँ जी, सो गो सात्विक, सात्विक आप गल करिए, सो जिवें आप जानते हैं कि माया के 3 रूप होंगे ने, जी जी सात्विक, राजसिक ते तामसिक। इहदे विचों जिहड़ा सब तो श्रोमणी जिहड़ा मन्निया जाता हैगा, वह त्रै गुणा विचों सात्विक हैगा। यानी कि जिहड़े सात्विक क्वालिटीज ने, जिहड़े सात्विक गुण ने, वह चंगे शुभ गुण ने, प्रेम, दया, धीरज, सो इस तरह के जिहड़े शुभ गुण ने। फिर जिहड़े राजसिक तामसिक ने, उहदे विच काम क्रोध लोभ मोह अहंकार आ जाते हैं, कि होर सारी चीज़ां आ जाए। सो ये जी तो मन के कुछ जिहड़े अपने गुण हैगे, माया दे गुण हैगे। लेकिन इसी तरह का साड़ा भोजन भी हैगा, जिहड़ा भोजन जिहड़ा हैगा तामसिक भोजन हैगा, जिवें बहुत ज्यादा स्पाइसी हो गया, बहुत ज्यादा तलिया भुनिया हो गया, बहुत बासी भोजन हो गया, या बहुत सड़ाया बहुत ज्यादा फरमेंटिंग की हुई, तो इस तरह का जिहड़ा फूड है वो तामसिक हो जाता है। इनू खा के की होंगे, साड़ा शरीर तो रोगी होंगे है, प्लस ओडा मन ते भी प्रभाव पैंदा है, साड़ी ब्रेन एक्टिविटी भी फॉगी हो जाती है, स्लो हो जाता है, कॉन्सेंट्रेशन घटती हैगी। तुसीं देखो, जब तुसीं कोई भारी चीज खाओगे या पिज्जा बर्गर खाओगे, ये बंदा सुस्ती महसूस करता है, कोई एनर्जी नहीं बढ़ती उहदी, बल्कि बॉडी जी ते बोझ बोझ पै जाता है।
ਉਸ ਨੀਂਦ ਟਾਈਮ ਆਉਣ ਤਾਂ ਲੱਗ ਬੰਦੇ ਪੈਂਦੀ ਨੂੰ ਉਸੇ ਵੇਲੇ ਬਿਲਕੁਲ। ਹਾਂ ਕੁਛ ਟਾਈਮ ਵਾਸਤੇ ਸਵਾਦ ਲੱਗਦਾ ਜੀਭ ਦਾ, ਪਰ ਅੰਦਰ ਜਾ ਕੇ ਬੋਡੀਜ਼ ਦੇ ਉੱਤੇ ਪੂਰਾ ਅਟੈਕ ਹੋ ਜਾਂਦਾ ਤੇ ਬੋਡੀ ਥੱਕ ਜਾਂਦੀ ਹੈ ਉਹਨੂੰ ਡਾਈਜੈਸਟ ਕਰਨ ਵਿੱਚ, ਬਲਕਿ ਪੂਰੀ ਤਰ੍ਹਾਂ ਕਈ ਵਾਰ ਡਾਈਜੈਸਟ ਹੋ ਵੀ ਨਹੀਂ ਪਾਉਂਦਾ, ਅੰਦਰ ਹੀ ਜੀ ਫਸਿਆ ਰਹਿੰਦਾ ਤੇ ਬਿਮਾਰੀ ਦਾ ਰੂਪ ਬਣਾ ਦਿੰਦਾ ਹੈ। ਲੇਕਿਨ ਦੂਜੀ ਜਗ੍ਹਾ ਚੀਜ਼ਾਂ ਹੈਗੀਆਂ ਜਿਵੇਂ ਕਿ ਮੈਂਗੋਜ਼ ਹੋ ਗਏ, ਕੇਲੇ ਹੋ ਗਏ, ਜਾਂ ਸਟ੍ਰਾਬੇਰੀਜ਼ ਹੋ ਗਈਆਂ, ਜਾਂ ਬਲੂਬੇਰੀਜ਼ ਹੋ ਗਈਆਂ, ਤੁਸੀਂ ਇਹਨਾਂ ਨੂੰ ਖਾਓ, ਤੁਹਾਨੂੰ ਕਦੀ ਖਾ ਕੇ ਨੀਂਦ ਨਹੀਂ ਆਏਗੀ, ਐਨਰਜੈਟਿਕ ਫੀਲ ਹੋਏਗਾ ਤੇ ਬੋਡੀ ਵਿੱਚ ਫਟਾਫਟ ਡਾਈਜੈਸਟ ਵੀ ਹੋ ਜਾਏਗਾ। ਸੋ ਇਹ ਸਾਤਵਿਕ ਭੋਜਨ ਹੈ, ਇਹਨੂੰ ਖਾ ਕੇ ਬੋਡੀ ਐਨਰਜੈਟਿਕ ਰਹਿੰਦੀ ਹੈ, ਮਾਈਂਡ ਵੀ ਚੁਸਤ ਫਰੁਸਤ ਰਹਿੰਦਾ ਹੈ, ਕਨਸੈਂਟ੍ਰੇਸ਼ਨ ਵੀ ਬਣੀ ਰਹਿੰਦੀ ਹੈ, ਨੀਂਦ ਵੀ ਨਹੀਂ ਆਉਂਦੀ, ਮਤਲਬ ਕਿ ਉਸ ਟਾਈਮ ਨਹੀਂ ਆਉਂਦੀ, ਰਾਤ ਨੂੰ ਤਾਂ ਬਹੁਤ ਚੰਗੀ ਨੀਂਦ ਆਉਂਦੀ ਹੈ। ਜੀ ਸੋ ਇਹ ਪ੍ਰਭਾਵ ਪੈਂਦਾ ਹੈਗਾ ਕਿ ਬੋਡੀ ਐਂਡ ਮਾਈਂਡ ਕਨੈਕਟਡ ਹੁੰਦਾ ਹੈ। ਡਾਕਟਰ ਸਾਹਿਬ, ਤੁਸੀਂ ਦੋ ਫਲਾਂ ਦਾ ਜ਼ਿਕਰ ਕੀਤਾ, ਮੈਂਗੋਸ ਤੇ ਬਨਾਨਾਸ, ਅੰਬ ਤੇ ਕੇਲੇ। ਨਾਰਮਲੀ ਜਦੋਂ ਪੇਸ਼ੈਂਟ ਹੁੰਦੇ ਨੇ ਡਾਇਬੀਟੀਜ਼ ਦੇ, ਤੇ ਡਾਕਟਰ ਉਹਨਾਂ ਨੂੰ ਮਨਾ ਕਰਦੇ ਨੇ ਵੀ ਇਹ ਦੋ ਫਰੂਟ ਖਾਸ ਕਰਕੇ ਨਹੀਂ ਖਾਣੇ। ਸੋ ਤੁਸੀਂ ਕਹਿ ਰਹੇ ਵੀ ਇਹ ਫਰੂਟ ਖਾ ਲਓ ਤੇ ਇਹ ਹੈਲਪਫੁਲ ਹੋਣਗੇ, ਕੀ ਬੇਸਿਸ ਆਪਣੀ ਇਸ ਗੱਲਬਾਤ ਦਾ ਜੀ? ਹਾਂ, ਇਹ ਤਾਂ ਬਹੁਤ ਜ਼ਰੂਰੀ ਹੈਗਾ, ਕੋਈ ਵੀ ਡਾਇਬੀਟੀਜ਼ ਟਾਈਪ 2 ਦਾ ਪੇਸ਼ੈਂਟ ਸਾਡੇ ਕੋਲ ਅਗਰ ਆਉਂਦਾ ਇਲਾਜ ਵਾਸਤੇ, ਤੇ ਆਪਾਂ ਉਹਨੂੰ ਅੰਬ ਤੇ ਕੇਲੇ ਖਾਣ ਵਾਸਤੇ ਜ਼ਰੂਰ ਕਹਿੰਦੇ ਹਾਂ। ਕਿਆ ਮਤਲਬ ਜੇ ਬਾਤ, ਡਾਕਟਰ ਕਹਿੰਦੇ ਆ ਕਿ ਨਹੀਂ ਖਾਣੇ, ਅਸੀਂ ਕਹਿੰਦੇ ਜ਼ਰੂਰ ਖਾਓ, ਇਹ ਖਾਓ ਕਿ ਜਲਦੀ ਤੁਸੀਂ ਠੀਕ ਹੋ ਜਾਓਗੇ। ਉਹਦੇ ਪਿੱਛੇ ਸਾਇੰਟਿਫਿਕ ਐਵੀਡੈਂਸ ਹੈਗਾ, ਚਾਈਨਾ ਵਿੱਚ ਬਹੁਤ ਵੱਡੀ ਸਟੱਡੀ ਹੋਈ ਸੀ 5 ਲੱਖ ਲੋਕਾਂ ਦੇ ਉੱਤੇ, 5 ਲੱਖ ਅੱਛਾ ਜੀ, ਬੰਦਿਆਂ ਵਿੱਚ ਇਹ ਚੀਜ਼ ਵੇਖੀ ਗਈ ਕਿ 2 ਗਰੁੱਪਸ ਬਣਾ ਲਏ ਗਏ, ਇੱਕ ਗਰੁੱਪ ਜਿਹੜਾ ਜ਼ਿਆਦਾ ਫਰੂਟਸ ਖਾਂਦਾ ਸੀਗਾ, ਇੱਕ ਗਰੁੱਪ ਜਿਹੜਾ ਘੱਟ ਫਰੂਟ ਖਾਂਦਾ ਸੀ ਜਾਂ ਨਹੀਂ ਖਾਂਦਾ ਸੀਗਾ। ਅਲਟੀਮੇਟਲੀ ਕਾਫੀ ਸਾਲ ਰਿਸਰਚ ਕਰਨ ਬਾਅਦ ਇਹ ਚੀਜ਼ ਦੇਖੀ ਗਈ ਕਿ ਜਿਹੜੇ ਲੋਕੀ ਜ਼ਿਆਦਾ ਫਰੂਟਸ ਖਾਂਦੇ ਸੀਗੇ, ਉਹਨਾਂ ਵਿੱਚ ਡਾਇਬੀਟੀਜ਼ ਦੀ ਸਮੱਸਿਆ ਜਿਹੜੀ ਸੀਗੀ ਲਗਭਗ 13 ਤੋਂ ਲੈ ਕੇ 28% ਤੱਕ ਘੱਟ ਸੀਗੀ, ਘੱਟ ਸੀ। ਇਸੇ ਤਰ੍ਹਾਂ 13% ਲੋਕਾਂ ਨੂੰ ਡਾਇਬੀਟੀਜ਼ ਅਗਰ ਨਹੀਂ ਸੀਗੀ ਤਾਂ ਉਹਨਾਂ ਨੂੰ ਹੋਈ ਵੀ ਨਹੀਂ ਜਿਹੜੇ ਫਰੂਟਸ ਖਾਂਦੇ ਸੀਗੇ, ਤੇ 17% ਚਾਂਸਿਸ ਆਫ ਲੈਸ ਮੋਰਟੈਲਿਟੀ, ਯਾਨੀ 17% ਮ੍ਰਿਤਿਉ ਦਰ ਜ਼ਿਆਦਾ ਕਿਸ ਵਿੱਚ ਸੀਗਾ, ਜਿਹੜੇ ਲੋਕ ਘੱਟ ਫਰੂਟਸ ਖਾਂਦੇ ਸੀ। ਯਾਨੀ ਕਿ ਜੋ ਜ਼ਿਆਦਾ ਫਰੂਟਸ ਖਾਏਗਾ ਉਹਦੀ ਲਾਈਫ ਜ਼ਿਆਦਾ ਬੈਟਰ, ਜਿਹੜਾ ਜ਼ਿਆਦਾ ਫਰੂਟਸ ਖਾਏਗਾ ਉਹਦੀ ਲਾਈਫ ਜ਼ਿਆਦਾ ਬੈਟਰ ਰਹੇਗੀ, ਜਿਹੜੇ ਘੱਟ ਫਰੂਟਸ ਖਾਏਗਾ ਉਹਦੀ ਲਾਈਫ ਘੱਟ ਬੈਟਰ ਰਹੇਗੀ। ਸੋ ਜ਼ਿਆਦਾ ਫਰੂਟਸ ਖਾਓ, ਜ਼ਿਆਦਾ ਵਧੀਆ ਰਹਿੰਦਾ ਹੈਗਾ। ਕੀ ਬਾਤ ਹੁਣ ਹੈ ਇੱਥੇ, ਜੀ! ਹਾਂ, ਇੱਥੇ ਗੱਲ ਕਰੀਏ ਮਿੱਠੇ ਫਰੂਟਸ ਦੀ, ਜਿਵੇਂ ਕਹਿੰਦੇ ਆ ਕਿ ਵੀ ਸੰਤਰੇ ਤਾਂ ਖਾ ਸਕਦੇ ਆ ਜਿਹੜੇ ਖੱਟੇ ਹੁੰਦੇ ਆ, ਕੀਵੀ ਖਾ ਸਕਦੇ ਆ, ਪਰ ਅੰਬ ਤੇ ਕੇਲੇ ਜੇ ਮਿੱਠੇ ਹੁੰਦੇ ਆ, ਚੀਕੂ ਹੋ ਗਿਆ ਤੇ ਇਸ ਤਰ੍ਹਾਂ ਜਿਹੜੇ ਮਿੱਠੇ ਫਲ ਹੋ ਗਏ, ਇਹ ਨਹੀਂ ਖਾਣੇ ਚਾਹੀਦੇ। ਇਸ ਤਰ੍ਹਾਂ ਨਹੀਂ ਹੈਗਾ, ਰੀਜ਼ਨ ਬੀਇੰਗ ਡਾਇਬਿਟੀਜ਼ ਕੋਈ ਮਿੱਠੇ ਕਰਕੇ ਬਿਮਾਰੀ ਨਹੀਂ ਲੱਗਦੀ ਹੈ, ਜਾਂ ਫਿਰ ਜੀ ਮਿੱਠਾ ਬੰਦ ਕਰਨ ਨਾਲ ਡਾਇਬਿਟੀਜ਼ ਠੀਕ ਨਹੀਂ ਹੋ ਜਾਂਦੀ ਹੈ, ਇਹ ਇੱਕ ਬਹੁਤ ਵੱਡਾ ਮਿਥ ਹੈ। ਡਾਇਬਿਟੀਜ਼ ਵਿੱਚ ਮਿੱਠਾ ਖਾਇਆ ਜਾ ਸਕਦਾ ਹੈ, ਲੇਕਿਨ ਉਹ ਨੈਚੁਰਲ ਮਿੱਠਾ ਹੋਣਾ ਚਾਹੀਦਾ ਹੈ, ਚਾਹੇ ਉਹ ਖਜੂਰ ਹੋਣ, ਚਾਹੇ ਉਹ ਅੰਬ ਹੋਣ, ਚਾਹੇ ਉਹ ਕੇਲੇ ਹੋਣ, ਚਾਹੇ ਉਹ ਪਿਓਰ ਸ਼ਹਿਦ ਹੋਵੇ, ਜਾਂ ਗੁੜ ਹੋਵੇ, ਜਾਂ ਗੰਨਾ ਹੋਵੇ, ਇਹ ਸਾਰੀ ਚੀਜ਼ਾਂ ਖਾਈਆਂ ਜਾ ਸਕਦੀਆਂ ਨੇ, ਇਹ ਤੁਹਾਨੂੰ ਫਾਇਦਾ ਕਰਨਗੀਆਂ। ਲੇਕਿਨ ਅਗਰ ਉਸ ਦੀ ਜਗ੍ਹਾ ਚੋਕਲੇਟ ਖਾਵਾਂਗੇ, ਜਾਂ ਫਿਰ ਚੀਨੀ ਖਾਵਾਂਗੇ, ਜਾਂ ਫਿਰ ਕੋਈ ਵੀ ਰਿਫਾਇੰਡ ਜਿਹੜੀ ਸ਼ੂਗਰ ਹੈਗੀ ਉਹ ਖਾਵਾਂਗੇ, ਉਹ ਸਾਨੂੰ ਬਿਮਾਰ ਕਰੇਗੀ, ਹੋਰ ਡਾਇਬਿਟੀਜ਼ ਵਧਾਏਗੀ। ਸੋ ਸਾਡੇ ਸਾਰੇ ਪੇਸ਼ੈਂਟ ਜਿਹੜੇ ਹੈਗੇ ਉਹ ਸ਼ੂਗਰ ਤਾਂ ਬਿਲਕੁਲ ਵੀ ਨਹੀਂ ਖਾਂਦੇ, ਉਸ ਤੋਂ ਇਲਾਵਾ ਚੋਕਲੇਟ ਜਾਂ ਰਿਫਾਇੰਡ ਕੋਈ ਆਈਸਕ੍ਰੀਮ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਖਾਂਦੇ, ਉਹਦੀ ਜਗ੍ਹਾ ਕੀ ਖਾਂਦੇ ਹੈ, ਪਿਓਰ ਹਨੀ ਖਾਂਦੇ ਹੈ, ਜਾਂ ਗੁੜ ਖਾਂਦੇ ਹੈ, ਜਾਂ ਫਿਰ ਉਹ ਆਪਣਾ ਫਰੂਟਸ ਖਾਂਦੇ ਹੈ, ਕਿਸ਼ਮਿਸ਼ ਲੈਂਦੇ ਆ, ਇਹ ਸਾਰੀ ਚੀਜ਼ਾਂ ਲੈਂਦੇ ਨੇ। ਬਹੁਤ ਵਧੀਆ ਗੱਲ ਹੈ ਜੀ, ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ, ਅਗਰ ਤੁਸੀਂ ਡਾਇਬਟੀਜ਼ ਡਾਇਬਟਿਕ ਹੈਗੇ ਆ ਤੇ ਕੇਲੇ ਅੰਬ ਜਿਹੜੇ ਆ ਖਾਧੇ ਜਾ ਸਕਦੇ ਨੇ। ਸੋ ਮੈਂ ਇੱਕ ਗੱਲ ਹੋਰ ਸੋਚਦਾ ਹਾਂ ਡਾਕਟਰ ਸਾਹਿਬ, ਕਈ ਵਾਰੀ ਨਾ ਜਦੋਂ ਪਾਬੰਦੀਆਂ ਬਹੁਤੀਆਂ ਲੱਗੀਆਂ ਹੋਣ ਤੇ ਉਹ ਆਪਣੇ ਆਪ ਦੇ ਵਿੱਚ ਟੈਨਸ਼ਨ ਕ੍ਰੀਏਟ ਕਰ ਦਿੰਦੇ ਆ, ਤੇ ਜਦੋਂ ਤੁਸੀਂ ਆਟੋਮੈਟਿਕਲੀ ਨੈਚੁਰਲ ਵੇ ਦੇ ਨਾਲ ਫਰੂਟਸ ਜਿਹੜੇ ਆ ਖਾਣੇ ਸ਼ੁਰੂ ਕਰ ਦਿਓ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦਾ ਬੈਨੀਫਿਟ ਹੁੰਦਾ ਤੁਹਾਨੂੰ। ਡਾਕਟਰ ਸਾਹਿਬ, ਤੁਸੀਂ ਜ਼ਿਕਰ ਕੀਤਾ ਸੀਗਾ ਕਿ ਜਿਹੜੀਆਂ ਬਹੁਤੀਆਂ ਫਾਰਮਾਸਿਊਟੀਕਲ ਕੰਪਨੀਜ਼ ਨੇ ਜਾਂ WHO ਆ, ਇਹਨਾਂ ਨੇ ਜਾਣ ਬੁੱਝ ਕੇ ਡਾਟਾ ਜਿਹੜਾ ਵਾ ਜਾਂ ਪੈਰਾਮੀਟਰ ਸੀਗੇ ਉਹ ਚੇਂਜ ਕਰ ਦਿੱਤੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਆ ਉਹ ਪੇਸ਼ੈਂਟਸ ਜਿਹੜੇ ਆ ਉਹ ਮਾਰਕੀਟ ਦੇ ਵਿੱਚ ਅਵੇਲੇਬਲ ਹੋਣ, ਵੱਧ ਤੋਂ ਵੱਧ ਦਵਾਈਆਂ ਵਿਕਣ, ਇੰਸੂਲਿਨ ਵਿਕੇ। ਤੇ ਜਦੋਂ ਤੁਸੀਂ ਨੈਚੁਰਲ ਵੇ ਦੇ ਨਾਲ ਪਲਾਂਟ ਬੇਸਡ ਡਾਈਟ ਦੇ ਨਾਲ ਇਹਨਾਂ ਬਿਮਾਰੀਆਂ ਦਾ ਇਲਾਜ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਜੇ, ਤੇ ਕਈ ਵਾਰੀ ਇੱਦਾਂ ਨਹੀਂ ਹੁੰਦਾ ਵੀ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਜ਼ ਵਗੈਰਾ ਨੇ ਪ੍ਰੈਸ਼ਰ ਪ੍ਰੁਸ਼ਰ ਪਾਉਂਦੀਆਂ ਨੇ, ਭਾਈ ਤੰਗ ਕਰਦੀਆਂ ਨੇ ਕਿ ਤੂੰ ਭਾਈ ਸਾਡੇ ਸਮੱਸਿਆਵਾਂ ਕ੍ਰੀਏਟ ਕਰ ਰਿਹਾ ਸਾਡੇ ਬਿਜ਼ਨਸ ਦੇ ਵਿੱਚ? ਹਾਂ, ਇਸ ਤਰ੍ਹਾਂ ਹੁੰਦਾ ਹੈ, ਇਸ ਤਰ੍ਹਾਂ ਹੁੰਦਾ ਹੈ, ਖਾਸ ਕਰ ਕਿਉਂਕਿ ਅਜੇ ਮੈਨੂੰ ਤਾਂ 2.5-3 ਸਾਲ ਹੋਏ ਹੈ, ਸੋ ਆਈ ਐਮ ਮੋਰ ਰਿਲੇਟਿਵਲੀ ਨਿਊ ਇਨ ਦਿਸ ਫੀਲਡ, ਰਾਈਟ? ਜੀ ਲੇਕਿਨ ਜਿਹੜੇ ਮੇਰੇ ਟ੍ਰੇਨਰਸ ਨੇ, ਮੇਰੇ ਕੋਚਿਸ ਨੇ, ਉਹ ਕਾਫੀ ਸਾਲਾਂ ਤੋਂ ਇਸ ਤੇ 15-15-20 ਸਾਲਾਂ ਤੋਂ ਹੈਗੇ, ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਹੈ, ਉਹਨਾਂ ਨੂੰ ਹੋਰ ਪ੍ਰੈਸ਼ਰਾਈਜ਼, ਡੈਥ ਥ੍ਰੈਟਸ, ਉਹ ਸਾਰਾ ਕੁਝ ਆਉਂਦਾ ਹੈ, ਪਲੱਸ ਸਾਨੂੰ ਵੀ ਪਰਸਨਲ ਅਟੈਕਸ ਤੇ ਥ੍ਰੈਟਸ ਆਉਂਦੀਆਂ ਨੇ, ਪਰ ਇਟ ਇਜ਼ ਲੈਸ ਕੰਪੇਅਰ ਟੂ ਜਿਹੜੇ ਪੁਰਾਣੇ ਦਿੱਗਜ ਲੱਗੇ ਹੋਏ ਆ ਉਹਨਾਂ ਨਾਲੋਂ। ਬਟ ਆਉਣ ਵਾਲੇ ਸਮੇਂ ਵਿੱਚ ਉਮੀਦ ਹੈਗੀ ਕਿ ਸਾਨੂੰ ਵੀ ਕੁਝ ਇਸ ਤਰ੍ਹਾਂ ਦਾ ਫੇਸ ਕਰਨਾ ਪਏਗਾ ਜਿਹੜੇ ਜੇ, ਤੋ ਇਸ ਤਰ੍ਹਾਂ ਦੇਖਦੇ ਹਾਂ ਕੀ ਹੁੰਦਾ ਹੈ। ਨਹੀਂ ਬਿਲਕੁਲ ਜੀ, ਅਗਰ ਤੁਸੀਂ ਸਮਾਜ ਵਿੱਚ ਲੀਕ ਤੋਂ ਹਟ ਕੇ ਕੰਮ ਕਰੋ ਨਾ, ਤੇ ਡੈਫੀਨੇਟਲੀ ਤੁਹਾਡੇ ਉੱਪਰ ਉਂਗਲਾਂ ਵੀ ਉੱਠਣਗੀਆਂ, ਤੁਹਾਡੀ ਵੇ ਆਫ
ਜਦੋਂ ਆਪਾਂ ਡਾਇਬੀਟੀਜ਼ ਦੇ ਲੱਛਣਾਂ ਦੀ ਗੱਲ ਕਰਦੇ ਹਾਂ ਜਾਂ ਕਾਰਨਾਂ ਦੀ ਗੱਲ ਕਰਦੇ ਹਾਂ ਤੇ ਕਹਿੰਦੇ ਵੀ ਮੋਟਾਪਾ ਜਿਹੜਾ ਵਾ ਜਿਹਨੂੰ ਮੋਟਾਪਾ ਵਾ ਉਹਦੇ ਡਾਇਬੀਟੀ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਪਰ ਜਦੋਂ ਇੱਕ ਇਨਸਾਨ ਡਾਇਬੀਟਿਕ ਹੋ ਜਾਂਦਾ ਤੇ ਉਹਦਾ ਵੇਟ ਜਿਹੜਾ ਨਾ ਉਹ ਲਗਾਤਾਰ ਘਟਣਾ ਸ਼ੁਰੂ ਹੋ ਜਾਂਦਾ ਵਾ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਬਹੁਤ ਵੱਡੀ ਇੱਕ ਨੈਗੇਟਿਵਿਟੀ ਆ ਜਾਂਦੀ ਹੈ ਉਸ ਇਨਸਾਨ ਦੇ ਵਿੱਚ ਵੀ ਭਾਈ ਮੇਰਾ ਵੇਟ ਘੱਟ ਰਿਹਾ ਵਾ ਉਹਦੇ ਨਾਲ ਉਹਦੇ ਵਿੱਚ ਟੈਨਸ਼ਨ ਵੀ ਆ ਜਾਂਦੀ ਆ ਸੋ ਇਹ ਸਮੱਸਿਆ ਦਾ ਕੀ ਹੱਲ ਕੀਤਾ ਜਾ ਸਕਦਾ ਵੀ ਜਿਹੜਾ ਵੇਟ ਲੂਜ਼ ਹੋ ਰਿਹਾ ਉਹਦੇ ਉੱਪਰ ਰੋਕ ਲਾਈ ਜਾ ਸਕੇ ਜਾਂ ਦੁਬਾਰਾ ਵੇਟ ਗੇਨ ਕੀਤਾ ਜਾ ਸਕੇ ਸਾਈਡ ਬਾਈ ਸਾਈਡ ਵੀ ਉਹਦੀ ਸਿਹਤ ਤੇ ਕੋਈ ਮਾੜਾ ਅਸਰ ਵੀ ਨਾ ਹੋਵੇ ਹਾਂਜੀ ਸੋ ਯੂਜ਼ਲੀ ਕੀ ਹੁੰਦਾ ਹੈ ਕਿ ਅਗਰ ਕਿਸੇ ਨੂੰ ਮੋਟਾਪਾ ਹੈ ਤੇ ਮੋਟਾਪੇ ਨਾਲ ਹਰ ਤਰ੍ਹਾਂ ਦੀ ਬਿਮਾਰੀ ਆ ਸਕਦੀ ਹੈ ਸਿਰਫ ਡਾਇਬੀਟੀਜ਼ ਨਹੀਂ ਉਹਦੇ ਨਾਲ ਹਾਰਟ ਡਿਜ਼ੀਜ਼ ਹਾਈਪਰਟੈਂਸ਼ਨ ਕਿਡਨੀ ਫੇਲਿਅਰ ਲਿਵਰ ਫੇਲਿਅਰ ਸਾਰੀ ਚੀਜ਼ਾਂ ਹੀ ਓਬੈਸਿਟੀ ਕਰਕੇ ਮੋਟਾਪੇ ਕਰਕੇ ਹੋ ਸਕਦੀਆਂ ਨੇ ਤੇ ਡਿਪੈਂਡਿੰਗ ਔਨ ਕਿ ਕਿਸ ਦੀ ਬਾਡੀ ਵਿੱਚ ਕਿਹੜਾ ਆਰਗਨ ਕਮਜ਼ੋਰ ਹੈ ਤੇ ਉੱਥੇ ਦੀ ਪ੍ਰੋਬਲਮ ਆਉਂਦੀ ਹੈ ਤੇ ਹੁਣ ਗੱਲ ਕੀਤੀ ਸੀ ਵੇਟ ਲਾਸ ਦੀ ਹੁੰਦਾ ਕਿ ਜਦ ਡਾਇਬੀਟੀਜ਼ ਕਿਸੇ ਨੂੰ ਹੁੰਦੀ ਹੈ ਤੇ ਬਾਡੀ ਵਿੱਚ ਜਿਹੜਾ ਆਪਾਂ ਖਾਣਾ ਖਾ ਰਹੇ ਹਾਂ ਸ਼ੂਗਰ ਜਿਹੜਾ ਬਾਡੀ ਵਿੱਚ ਜਾ ਰਿਹਾ ਹੈ ਉਹ ਸੈਲਸ ਤੱਕ ਯਾਨੀ ਸਾਡੇ ਜਿਹੜੇ ਪਾਵਰ ਹਾਊਸ ਨੇ ਜਿਹੜੇ ਸੈਲਸ ਨੇ ਉੱਥੇ ਤੱਕ ਟਰਾਂਸਪੋਰਟ ਨਹੀਂ ਹੋ ਪਾ ਰਿਹਾ ਉੱਥੇ ਤੱਕ ਪਹੁੰਚ ਨਹੀਂ ਪਾ ਰਿਹਾ ਕਿਉਂ ਕਿਉਂਕਿ ਇਨਸੂਲਿਨ ਜਿਹੜਾ ਹੈ ਪ੍ਰੋਪਰਲੀ ਵਰਕ ਨਹੀਂ ਕਰ ਪਾ ਰਿਹਾ ਸ਼ੂਗਰ ਨੂੰ ਪਹੁੰਚਾਉਣ ਵਿੱਚ ਜਾਂ ਇਨਸੂਲਿਨ ਉਹਨਾਂ ਬਣ ਹੀ ਨਹੀਂ ਰਿਹਾ ਹੈਗਾ ਸੋ ਜਦ ਅਸੀਂ ਕੀ ਕਰਦੇ ਹਾਂ ਤੇ ਇਸ ਕਰਕੇ ਫਿਰ ਉਹ ਵੇਟ ਲਾਸ ਹੋਣਾ ਸ਼ੁਰੂ ਹੋ ਜਾਂਦਾ ਕਿਉਂ ਕਿਉਂਕਿ ਅਗਰ ਜਿਹੜਾ ਐਕਸੈਸ ਸ਼ੂਗਰ ਬਲੱਡ ਵਿੱਚ ਰਹਿ ਜਾਏਗਾ ਤੇ ਬਾਡੀ ਉਸ ਨੂੰ ਬਲੱਡ ਵਿੱਚ ਨਹੀਂ ਰੱਖਣਾ ਚਾਹੁੰਦੀ ਬਾਡੀ ਪਿਸ਼ਾਬ ਰਾਹੀਂ ਬਾਹਰ ਕੱਢ ਦਿੰਦੀ ਹੈ ਇਸ ਕਰਕੇ ਬਾਰ ਬਾਰ ਪਿਸ਼ਾਬ ਆਉਂਦਾ ਹੈ ਤੇ ਵੇਟ ਲਾਸ ਵੀ ਬੰਦੇ ਦਾ ਹੁੰਦਾ ਜਾਂਦਾ ਹੈ ਕਿਉਂਕਿ ਉਹ ਜਿਹੜਾ ਖਾਦਾ ਪੀਤਾ ਹੈਗਾ ਉਹ ਸੈਲਸ ਤੱਕ ਨਹੀਂ ਪਹੁੰਚਦਾ ਬਾਡੀ ਦੇ ਗਰੋਥ ਵਿੱਚ ਹੈਲਪ ਨਹੀਂ ਕਰਦਾ ਤੇ ਵੇਟ ਲਾਸ ਹੋ ਜਾਂਦਾ ਹੁਣ ਇਹਦਾ ਇਲਾਜ ਕੀ ਹੈ ਇਸ ਸਿੰਪਟਮਸ ਨੂੰ ਰੋਕਣ ਦਾ ਜਾਂ ਵੇਟ ਗੇਨ ਕਰਨ ਦਾ ਇਲਾਜ ਸਿੰਪਲ ਉਹੀ ਹੈਗਾ ਕਿ ਜਿਸ ਕਾਰਨ ਕਰਕੇ ਸਾਡੀ ਡਾਇਬੀਟੀਜ਼ ਹੋਈ ਸੀ ਉਸ ਕਾਰਨ ਨੂੰ ਰਿਵਰਸ ਕਰ ਦਿੱਤਾ ਜਾਵੇ ਯਾਨੀ ਕਿ ਜਿਸ ਤਰ੍ਹਾਂ ਦਾ ਸਾਡਾ ਫੂਡ ਐਂਡ ਲਾਈਫ ਸਟਾਈਲ ਸੀਗਾ ਉਹ ਰੋਂਗ ਸੀਗਾ ਰੋਂਗ ਹੋਣ ਕਰਕੇ ਗਲਤ ਹੋਣ ਕਰਕੇ ਇਹ ਬਿਮਾਰੀ ਆ ਰਹੀ ਸੀ ਜੇ ਅਸੀਂ ਫੂਡ ਐਂਡ ਲਾਈਫ ਸਟਾਈਲ ਨੂੰ ਠੀਕ ਕਰ ਲਾਂਗੇ ਸਹੀ ਚੀਜ਼ ਖਾਵਾਂਗੇ ਤੇ ਸਾਡੀ ਜਿਹੜੀ ਸ਼ੂਗਰ ਹੈਗੀ ਉਹ ਨੈਚੁਰਲੀ ਹੀ ਬਲੱਡ ਵਿੱਚ ਨਾਰਮਲ ਰੇਂਜ ਵਿੱਚ ਰਹਿਣ ਲੱਗ ਪਵੇਗੀ ਆਟੋਮੈਟਿਕਲੀ ਹੀ ਜਿਹੜੇ ਬਿਮਾਰੀ ਦੇ ਲੱਛਣ ਨੇ ਜਾਂ ਸਿੰਪਟਮਸ ਨੇ ਇਹ ਆਉਣਗੇ ਹੀ ਨਹੀਂ ਠੀਕ ਹੈ ਜੀ ਤੇ ਡਾਕਟਰ ਸਾਹਿਬ ਕਈ ਵਾਰੀ ਕੀ ਹੁੰਦਾ ਵੀ ਆਪਾਂ ਖੁਰਾਕ ਉਦੋਂ ਆਪਣੀ ਦਰੁਸਤ ਕਰਦੇ ਹਾਂ ਜਦੋਂ ਆਪਾਂ ਨੂੰ ਬਿਮਾਰੀਆਂ ਜਕੜ ਲੈਂਦੀਆਂ ਨੇ ਜਿਵੇਂ ਆਪਾਂ ਮਿਸਾਲ ਦੇ ਰਹੇ ਹਾਂ ਡਾਇਬੀਟੀਜ਼ ਦੀ ਵੀ ਡਾਇਬੀਟੀਜ਼ ਹੋ ਗਈ ਭਾਈ ਹੁਣ ਮਿੱਠਾ ਘਟਾ ਦਿਓ ਵੈਜੀਟੇਬਲਸ ਖਾਣੀਆਂ ਸ਼ੁਰੂ ਕਰ ਦਿਓ ਫਰੂਟਸ ਖਾਣੇ ਸ਼ੁਰੂ ਕਰ ਦਿਓ ਆਟਾ ਘਟਾ ਦਿਓ ਚਿੱਟੀਆਂ ਚੀਜ਼ਾਂ ਘਟਾ ਦਿਓ ਪਰ ਕੀ ਇਹ ਇੱਕ ਵਧੀਆ ਸਲਾਹ ਨਹੀਂ ਹੋਵੇਗੀ ਕਿ ਜਿਹੜੇ ਬੱਚੇ ਨੇ ਔਰ ਜਾਂ ਜਿਨ੍ਹਾਂ ਨੂੰ ਡਾਇਬੀਟੀਜ਼ ਅਜੇ ਨਹੀਂ ਹੈ ਜਾਂ ਕੋਈ ਵੀ ਸਮੱਸਿਆ ਨਹੀਂ ਆ ਵੀ ਆਪਾਂ ਪਹਿਲਾਂ ਤਿਆਰ ਰਹੀਏ ਆਪਣੀ ਖੁਰਾਕ ਜਿਹੜੀ ਆ ਉਸਨੂੰ ਦਰੁਸਤ ਕਰ ਲਈਏ ਜੀ ਬਿਲਕੁਲ ਇਹ ਤਾਂ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਇਹ ਤਾਂ ਕਿਹਾ ਹੀ ਜਾਂਦਾ ਹੈਗਾ ਕਿ ਜਿਹੜਾ ਬਿਮਾਰੀ ਤੋਂ ਬਚਾਅ ਹੈਗਾ ਉਹ ਇਲਾਜ ਤੋਂ ਤਾਂ ਬੈਟਰ ਹੀ ਹੈ ਲੇਕਿਨ ਹੁੰਦਾ ਕੀ ਹੈ ਕਿ ਜਦ ਤੱਕ ਬੰਦੇ ਨੂੰ ਬਿਮਾਰੀ ਆਉਂਦੀ ਨਹੀਂ ਹੈ ਪਰੇਸ਼ਾਨੀ ਆਉਂਦੀ ਨਹੀਂ ਹੈ ਤਦ ਤੱਕ ਉਹ ਰਿਅਲਾਈਜ਼ ਨਹੀਂ ਕਰਦਾ ਕਿ ਉਹਦੀ ਹੈਲਥ ਦੀ ਕਿੰਨੀ ਵੈਲਿਊ ਹੈ ਜਦ ਉਹਨੂੰ ਬਿਮਾਰੀ ਲੱਗਦੀ ਹੈ ਫਿਰ ਪਤਾ ਲੱਗਦਾ ਹੈ ਕਿ ਹਾਂ ਯਾਰ ਜਿਹੜਾ ਆਪਾਂ ਪਹਿਲਾਂ ਕਰ ਪਾਉਂਦੇ ਸੀ ਖੇਡ ਕੁੱਦ ਪਾਉਂਦੇ ਸੀ ਹੁਣ ਨਹੀਂ ਕਰ ਪਾ ਰਹੇ ਹੁਣ ਨਹੀਂ ਇੰਨੀ ਐਨਰਜੀ ਸਾਡੇ ਵਿੱਚ ਰਹੀ ਫਿਰ ਉਹ ਬੰਦਾ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਸ਼ੁਰੂ ਕਰਦਾ ਹੈ ਪਰ ਉਸ ਟਾਈਮ ਤੱਕ ਕਾਫੀ ਨੁਕਸਾਨ ਉਹ ਕਰਵਾ ਚੁੱਕਿਆ ਹੁੰਦਾ ਹੈ ਪਰ ਹਾਂ ਬਿਮਾਰੀ ਫਿਰ ਵੀ ਠੀਕ ਹੋ ਜਾਂਦੀ ਹੈ ਲੇਕਿਨ ਪੋਟੈਂਸ਼ੀਅਲ ਦੀ ਆਪਾਂ ਗੱਲ ਕਰੀਏ ਕਿ ਮੰਨ ਲਓ ਕਿਸੇ ਨੇ 18 ਸਾਲ ਤੱਕ 20 ਸਾਲ ਤੱਕ ਬਹੁਤ ਵਧੀਆ ਖਾਣਾ ਖਾਦਾ ਕੋਈ ਪ੍ਰੋਬਲਮ ਉਹਨੇ ਜੰਕ ਫੂਡ ਨਹੀਂ ਖਾਦਾ ਸੋ ਇਟ ਇਜ਼ ਐਕਸਪੈਕਟਿਡ ਕਿ ਉਹਦੀ ਜਿਹੜੀ ਕੁਆਲਿਟੀ ਆਫ ਲਾਈਫ ਹੈਗੀ ਲਾਈਫ ਐਕਸਪੈਕਟੈਂਸੀ ਹੈ ਉਹ ਜ਼ਿਆਦਾ ਹੋਏਗੀ ਕੰਪੇਅਰ ਟੂ ਦਾ ਵਨ ਜਿਹਨੇ ਬੜਾ ਕੁਝ ਗਲਤ ਸਲਤ ਖਾਦਾ ਮੰਨ ਲਓ ਉਹਨੇ 18 20 ਸਾਲ ਗਲਤ ਖਾਦਾ ਫਿਰ ਉਹਨੇ ਚੇਂਜ ਕਰਕੇ ਵਧੀਆ ਵੀ ਕਰ ਲਿਆ ਤੇ ਚਲੋ ਠੀਕ ਤਾਂ ਹੋ ਜਾਏਗਾ ਲੇਕਿਨ ਉਹਦੇ ਵਿੱਚ ਉਸ ਲੈਵਲ ਦੀ ਜਿਹੜੇ ਪੋਟੈਂਸ਼ੀਅਲ ਜਿਹੜਾ ਸੀਗਾ ਅਗਰ ਉਹ ਨੈਚੁਰਲੀ ਸਟਾਰਟਿੰਗ ਤੋਂ ਹੀ ਸਹੀ ਖਾਂਦਾ ਤੇ ਉੱਥੇ ਤੱਕ ਨਹੀਂ ਪਹੁੰਚ ਪਾਏਗਾ ਰਾਈਟ ਸੋ ਕਹਿਣ ਦਾ ਭਾਵ ਇਹ ਹੈ ਕਿ ਜੇ ਆਪਾਂ ਪਹਿਲਾਂ ਤੋਂ ਹੀ ਇਸ ਬਾਰੇ ਨੌਲੇਜ ਰੱਖੀਏ ਐਜੂਕੇਸ਼ਨ ਰੱਖੀਏ ਤੇ ਦੈਟ ਇਜ਼ ਬੈਟਰ ਫੋਰ ਅਸ ਐਟ ਲੀਸਟ ਉਹਨਾਂ ਵਾਸਤੇ ਜੋ ਕਰਨਾ ਚਾਹੁੰਦੇ ਆ ਹੈਲਦੀ ਕਰਨਾ ਚਾਹੁੰਦੇ ਆ ਕਈ ਲੋਕੀ ਤਾਂ ਟੇਸਟ ਪਿੱਛੇ ਭੱਜਦੇ ਆ ਤੇ ਗਲਤ ਗਲਤ ਖਾਣਾ ਹੀ ਚਾਹੁੰਦੇ ਆ ਲੇਕਿਨ ਜਿਹੜੇ ਲੋਕੀ ਐਟਲੀਸਟ ਚੰਗਾ ਫੋਲੋ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਹ ਨੌਲੇਜ ਤੇ ਪ੍ਰੋਵਾਈਡ ਕੀਤੀ ਜਾਵੇ ਅੱਜ ਕੱਲ੍ਹ ਸਕੂਲਾਂ ਵਿੱਚ ਇਹ ਨੌਲੇਜ ਦਿੱਤੀ ਹੀ ਨਹੀਂ ਜਾਂਦੀ ਬੱਚਿਆਂ ਨੂੰ ਈਵਨ ਇੱਥੋਂ ਤੱਕ ਕਿ ਜੇ ਆਪਾਂ ਮੈਡੀਕਲ ਡਾਕਟਰਸ ਦੀ ਕਾਲਜ ਦੀ ਗੱਲ ਕਰੀਏ ਮੈਡੀਕਲ ਸਕੂਲਾਂ ਦੀ ਗੱਲ ਕਰੀਏ ਤੇ ਇੱਕ ਡਾਕਟਰ ਜਿਹੜਾ 5-8 ਸਾਲ ਪੜ੍ਹਾਈ ਕਰਦਾ ਹੈ ਉਹਦੇ 5-8 ਸਾਲ ਦੇ ਕਰੀਅਰ ਵਿੱਚ ਉਹਨੂੰ ਸਿਰਫ 1 ਜਾਂ 2 ਦਿਨ ਨਿਊਟ੍ਰੀਸ਼ਨ ਦੇ ਉੱਤੇ ਪੜ੍ਹਾਇਆ ਜਾਂਦਾ ਹੈ ਉਹ ਵੀ ਬਹੁਤ ਬੇਸਿਕ ਜਿਹਦੇ ਨਾਲ ਕਿਸੇ ਦਾ ਕੁਝ ਖਾਸ ਭਲਾ ਹੋ ਨਹੀਂ ਸਕਦਾ ਐਂਡ ਦੈਟ ਇਜ਼ ਦ ਰੀਜ਼ਨ ਵਾਈ ਜਦ ਵੀ ਤੁਸੀਂ ਡਾਕਟਰ ਕੋਲ ਜਾਂਦੇ ਹੋ ਕੋਈ ਵੀ ਬਿਮਾਰੀ ਲੈ ਕੇ ਉਹ ਤੁਹਾਡੇ ਖਾਣ ਪੀਣ ਤੋਂ ਪਹਿਲਾਂ ਹੀ ਉਹ ਦਵਾਈ ਕੋਈ ਨਾ ਕੋਈ ਐਂਟੀਬਾਇਓਟਿਕ ਜਾਂ ਕੋਈ ਨਾ ਕੋਈ ਦਵਾਈ ਪ੍ਰਿਸਕ੍ਰਾਈਬ ਕਰ ਦਿੰਦੇ ਬਈ ਇਹ ਲੈ ਲਓ ਕਿਉਂਕਿ ਉਹਨਾਂ ਨੂੰ ਨਿਊਟ੍ਰੀਸ਼ਨ ਦਾ ਪਤਾ ਹੀ ਨਹੀਂ ਹੈਗਾ ਗਿਆਨ ਹੀ ਨਹੀਂ ਹੈਗਾ ਸੋ ਇਟਸ ਆਲਵੇਸ ਗੁੱਡ ਕਿ ਤਾਂ ਹੀ ਅਸੀਂ ਜੇ ਬੁੱਕ ਲਿਖੀ ਐਡਵਾਂਸ ਨਿਊਟ੍ਰੀਸ਼ਨ ਥੈਰੇਪੀ ਇਸ ਤਰ੍ਹਾਂ ਦੀ ਬੁੱਕਸ ਲਿਖੀਆਂ ਨੇ ਅਸੀਂ ਕੋਰਸ ਲਾਂਚ ਕਰਦੇ ਹਾਂ ਕੋਰਸਿਸ ਸਿਖਾਉਂਦੇ ਹਾਂ ਜਿਹਦੇ ਵਿੱਚ ਕੀ ਖਾਣਾ ਹੈ ਕੀ ਨਹੀਂ ਖਾਣਾ ਹੈਗਾ ਕਿੰਨੀ ਕੁਆਂਟਿਟੀ ਵਿੱਚ ਖਾਣਾ ਹੈ ਕਿਸ ਟਾਈਮ ਖਾਣਾ ਹੈ ਕਿਸ ਤਰੀਕੇ ਨਾਲ ਖਾਣਾ ਹੈ ਇਹ ਸਾਰੀ ਬੇਸਿਕ ਨੌਲੇਜ ਜਿਹੜੀ ਹੈ ਲੋਕਾਂ ਤੱਕ ਰਿਸਰਚ ਦੇ ਬੇਸਿਸ ਤੇ ਪਹੁੰਚਾਈ ਜਾਂਦੀ ਹੈ ਤੇ ਛੋਟੇ ਛੋਟੇ ਸਟੈਪਸ ਬੰਦਾ ਲਾਈਫ ਵਿੱਚ ਲੈ ਲਵੇ
ਡਾਕਟਰ ਸਾਹਿਬ ਮੈਂ ਜਾਣਨਾ ਚਾਹਾਂਗਾ ਕਿ ਜਿਹੜੀ ਐਡਵਾਂਸਡ ਨਿਊਟ੍ਰੀਸ਼ਨ ਥੈਰੇਪੀ ਬੁੱਕ ਤੁਸੀਂ ਲਿਖੀ ਹੋਈ ਆ, ਇਹ ਬੁੱਕ ਜਿਹੜੀ ਆ ਇਹਦੇ ਵਿੱਚੋਂ ਕੁਝ ਸਾਨੂੰ ਟਿਪਸ ਦਿਓ ਵੀ ਕਿਵੇਂ ਅਸੀਂ ਇਹ ਡਾਇਬੀਟੀਜ਼ ਜਿਹੜੀ ਨਾਮਰਦ ਬਿਮਾਰੀ ਆ ਇਸ ਤੋਂ ਬਚ ਸਕੀਏ ਤੇ ਕਿਵੇਂ ਇਹ ਪ੍ਰੋਬਲਮ ਜਿਹੜੀ ਆ ਇਹਦਾ ਸੋਲੂਸ਼ਨ ਕੀਤਾ ਜਾ ਸਕੇ, ਤੇ ਨਾਲ ਦੇ ਨਾਲ ਇਹ ਵੀ ਦੱਸੋ ਕਿ ਜਿਹੜੀ ਬੁੱਕ ਆ ਸਾਡੇ ਦਰਸ਼ਕਾਂ ਨੇ ਅਗਰ ਲੈਣੀ ਹੋਵੇ ਤੇ ਕਿੱਥੋਂ ਮਿਲ ਸਕਦੀ ਹੈ ਜੀ। ਹਾਂਜੀ, ਸੋ ਇਹ ਬੁੱਕ ਜਿਹੜੀ ਹੈਗੀ ਇਹ ਇੰਡੀਆ ਵਿੱਚ ਨੋਸ਼ਨ ਪ੍ਰੈਸ ਦੀ ਵੈਬਸਾਈਟ ਤੋਂ ਮਿਲ ਜਾਂਦੀ ਹੈ, ਐਂਡ ਅਗਰ ਨੋਸ਼ਨ ਪ੍ਰੈਸ ਦਾ ਲਿੰਕ ਚਾਹੀਦਾ ਹੈ ਦੈਟ ਕੈਨ ਬੀ ਐਕਸੈਸ ਥਰੂ ਮਾਈ ਵੈਬਸਾਈਟ। ਮੇਰੀ ਵੈਬਸਾਈਟ ਹੈ gosatvik.ca, gosatvik.ca। ਇਸ ਵੈਬਸਾਈਟ ਤੇ ਕੋਈ ਜਾਏਗਾ ਤੇ ਬੁੱਕਸ ਤੇ ਕਲਿੱਕ ਕਰੇਗਾ, ਉੱਥੇ ਬੁੱਕਸ ਦਾ ਲਿੰਕ ਆਉਂਦਾ ਤੇ ਉੱਥੇ ਫਿਰ ਉਹ ਆਨਲਾਈਨ ਜਿੱਥੋਂ ਪਰਚੇਸ ਕਰ ਸਕਦੇ ਉੱਥੇ ਦਾ ਲਿੰਕ ਆ ਜਾਏਗਾ। ਇੰਡੀਆ ਵਿੱਚ ਤਾਂ ਇੱਦਾਂ ਮਿਲ ਜਾਂਦੀ ਹੈ, ਪਲੱਸ ਇਹ ਐਮਾਜ਼ਨ ਇੰਡੀਆ ਤੇ ਵੀ ਆ ਚੁੱਕੀ ਹੈ, ਐਂਡ ਵਿਦ ਇਨ ਅ ਫਿਊ ਵੀਕਸ ਅਗਲੇ ਇੱਕ ਦੋ ਹਫ਼ਤੇ ਦੇ ਅੰਦਰ ਐਮਾਜ਼ਨ ਇੰਟਰਨੈਸ਼ਨਲ ਯਾਨੀ ਐਮਾਜ਼ਨ ਕੈਨੇਡਾ, USA, UK, ਆਸਟ੍ਰੇਲੀਆ ਸਾਰੀ ਜਗ੍ਹਾ ਇਹ ਬੁੱਕ ਇੰਟਰਨੈਸ਼ਨਲੀ ਅਵੇਲੇਬਲ ਹੋ ਜਾਏਗੀ। ਸੋ ਯੂ ਕੈਨ ਆਰਡਰ ਇਟ ਆਨਲਾਈਨ, ਤੁਹਾਡੇ ਘਰ ਤੱਕ ਪਹੁੰਚ ਜਾਏਗੀ। ਹੁਣ ਇਸ ਬੁੱਕ ਦੇ ਵਿੱਚ ਜਿਹੜਾ ਕੰਟੈਂਟਸ ਦੀ ਆਪਾਂ ਗੱਲ ਕਰੀਏ, ਟਿਪਸ ਦੀ ਆਪਾਂ ਗੱਲ ਕਰੀਏ, ਸੋ ਟਿਪਸ ਵਿੱਚ ਬਹੁਤ ਇੰਪੋਰਟੈਂਟ ਜਿਹੜੀ ਟਿਪ ਹੈਗੀ ਕਿ ਸਾਡੀ ਜਿਹੜੀ ਕੰਪਲੀਟ ਡਾਇਟ ਹੈਗੀ ਜਿਹੜਾ ਸਵੇਰ ਤੋਂ ਲੈ ਕੇ ਰਾਤ ਤੱਕ ਹੈ ਉਹਦੇ ਵਿੱਚ ਐਟਲੀਸਟ 50-60% ਫੂਡ ਦਾ ਕੰਟੈਂਟ ਜਿਹੜਾ ਹੈ ਉਹ ਰੋ ਹੋਣਾ ਚਾਹੀਦਾ, ਰੋ ਯਾਨੀ ਕੱਚਾ। ਸੋ ਕੱਚਾ ਭੋਜਨ ਜਿਹਦੇ ਵਿੱਚ ਕੱਚੀ ਸਬਜ਼ੀਆਂ ਹੋ ਗਈ, ਫਲ ਹੋ ਗਏ, ਇਹ ਸਾਡੀ ਡਾਇਟ ਦਾ 50-60% ਕੰਪੋਨੈਂਟ ਬਣ ਜਾਣਾ ਚਾਹੀਦਾ ਹੈ। ਕੋਈ ਵੀ ਪੇਸ਼ੈਂਟ ਜਿਹਨੂੰ ਡਾਇਬਟੀਜ਼ ਹੈ ਜਾਂ ਫਿਰ ਪ੍ਰੀ ਡਾਇਬਟਿਕ ਵਿੱਚ ਹੀ ਕੈਟਾਗਰਾਈਜ਼ ਕਰ ਦਿੱਤਾ ਗਿਆ ਤੇ ਉਹਨੂੰ ਰੋਟੀ ਸਬਜ਼ੀ ਦਿਨ ਵਿੱਚ 2 ਤੋਂ ਜ਼ਿਆਦਾ ਨਹੀਂ ਖਾਣੀ ਚਾਹੀਦੀ। ਅੱਜ ਕੱਲ੍ਹ ਬ੍ਰੇਕਫਾਸਟ, ਲੰਚ, ਡਿਨਰ ਤਿੰਨੋਂ ਟਾਈਮ ਪਰੌਂਠੇ ਖਾਣ ਦੀ ਇਸ ਤਰ੍ਹਾਂ ਦੇ ਰੂਟੀਨ ਚੱਲੇ ਹੋਏ ਨੇ, ਸੋ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਚਾਹੀਦਾ। ਰੋਟੀ ਸਬਜ਼ੀ ਸਿਰਫ 2 ਟਾਈਮ ਖਾਣੀ ਚਾਹੀਦੀ ਹੈ, ਸਵੇਰੇ ਸ਼ਾਮ ਜਾਂ ਫਿਰ ਦੁਪਹਿਰੀ ਸ਼ਾਮ। ਐਂਡ ਯੂਜਲੀ ਸਾਡੀ ਬੁੱਕ ਦੇ ਅਨੁਸਾਰ ਅਸੀਂ ਲੋਕਾਂ ਨੂੰ ਰਿਕਮੈਂਡ ਕਰਦੇ ਹਾਂ ਕਿ ਜਿਹੜਾ ਕੁਕਡ ਫੂਡ ਹੈ ਉਹ ਦੁਪਹਿਰੀ ਤੇ ਰਾਤ ਨੂੰ ਖਾਇਆ ਜਾਵੇ, ਸਵੇਰੇ ਸਿਰਫ ਬ੍ਰੈਕਫਾਸਟ ਚ ਫਰੂਟਸ ਤੇ ਰੋ ਵੈਜੀਟੇਬਲਸ ਖਾਏ ਜਾਣ। ਤਾਂ ਉਹਦੇ ਨਾਲ ਹੁੰਦਾ ਕੀ ਹੈ, ਜਿਹੜੇ ਫਰੂਟਸ ਨੇ, ਰੋ ਵੈਜੀਟੇਬਲਸ ਨੇ, ਦੇ ਆਰ ਇਨ ਦੇਅਰ ਰੋ ਸਟੇਟ, ਨੈਚੁਰਲ ਸਟੇਟ। ਇਹਦੇ ਵਿੱਚ ਲਿਵਿੰਗ ਐਨਜ਼ਾਈਮਸ ਹੁੰਦੇ ਨੇ, ਜਦੋਂ ਅਸੀਂ ਇਹਨੂੰ ਕੰਜ਼ਿਊਮ ਕਰਦੇ ਹਾਂ ਤੇ ਲਿਵਿੰਗ ਐਨਜ਼ਾਈਮਸ ਅੰਦਰ ਜਾ ਕੇ ਸਾਡੀ ਬਾਡੀ ਦੇ ਇੱਕ ਹਾਰਮੋਨ ਹੁੰਦਾ, ਉਹਨੂੰ ਕਹਿੰਦੇ ਇੰਕਰੇਟਿਨ। ਇੰਕਰੇਟਿਨ ਦੇ ਨਾਲ ਇਸ ਤਰ੍ਹਾਂ ਕੰਬਾਈਨ ਹੋ ਕੇ ਵਰਕ ਕਰਦੇ ਆ ਕਿ ਬਾਡੀ ਵਿੱਚ ਜਿਸ ਏਰੀਆ ਵਿੱਚ ਨਿਊਟ੍ਰੀਸ਼ਨ ਦੀ ਲੋੜ ਹੈ ਉੱਥੇ ਜਾਂਦੇ ਨੇ ਤੇ ਕਿਸੇ ਜਗ੍ਹਾ ਤੇ ਜਾ ਕੇ ਐਕਸੈਸ ਸਟੋਰ ਨਹੀਂ ਹੁੰਦੇ ਤੇ ਐਕਸੈਸ ਬਾਡੀ ਵਿੱਚ ਬਲੱਡ ਸ਼ੂਗਰ ਨੂੰ ਵਧਾਉਂਦੇ ਨਹੀਂ ਨੇ। ਤੌਰ ਧੀਰੇ ਧੀਰੇ ਇਨਸੁਲਿਨ ਦੀ ਜਿਹੜੀ ਸੈਂਸਿਟੀਵਿਟੀ ਹੈ ਉਹ ਵੱਧਦੀ ਜਾਂਦੀ ਹੈ, ਐਂਡ ਐਜ਼ ਅ ਰਿਜ਼ਲਟ ਇਸ ਡਾਇਟ ਨੂੰ ਸ਼ੁਰੂ ਕਰਨ ਤੋਂ ਬਾਅਦ ਹੀ ਜਿਹੜੀ ਡਾਇਟ ਆਪਾਂ ਇਸ ਬੁੱਕ ਵਿੱਚ ਮੈਂਸ਼ਨ ਕੀਤੀ ਹੈ ਕੁਛ ਹੀ ਦਿਨਾਂ ਵਿੱਚ, ਲਗਭਗ ਅਸੀਂ ਦੇਖਿਆ ਕਿ 3 ਦਿਨਾਂ ਵਿੱਚ ਹੀ ਇਹਦਾ ਰਿਜ਼ਲਟ ਦਿਖਣਾ ਸ਼ੁਰੂ ਹੋ ਜਾਂਦਾ ਹੈ, ਐਂਡ ਸ਼ੂਗਰ ਘਟਣੀ ਜਾਂ ਕਹਿ ਲਓ ਰੇਂਜ 'ਚ ਆਉਣੀ ਸ਼ੁਰੂ ਹੋ ਜਾਂਦੀ ਹੈ। ਐਂਡ ਜੇ ਕਿਸੇ ਨੂੰ ਕਾਫੀ ਟਾਈਮ ਤੋਂ ਹੈ ਤੇ ਇਟ ਟੇਕਸ ਅਬਾਊਟ 3-6 ਮੰਥ, ਲਗਾਤਾਰ 3-6 ਮਹੀਨੇ ਕੋਈ ਫੋਲੋ ਕਰੇ ਚੰਗੀ ਤਰ੍ਹਾਂ ਡੈਡੀਕੇਟਡਲੀ ਤੇ ਉਹਦੀ ਪੂਰੀ ਤਰ੍ਹਾਂ ਡਾਇਬਟੀਜ਼ ਜਿਹੜੀ ਹੈ ਰਿਵਰਸ ਵੀ ਹੋ ਜਾਂਦੀ ਹੈ ਤੇ ਠੀਕ ਵੀ ਹੋ ਜਾਂਦੀ ਹੈ ਡਾਇਬਟੀਜ਼ ਟਾਈਪ 2। ਠੀਕ ਹੈ ਜੀ, ਔਰ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਵੀ ਇਹਨਾਂ ਦੀ ਵੈਬਸਾਈਟ ਹੈਗੀ ਆ ਜੀ gosatvik.ca, ਇਹ ਨਾਲ ਦੇ ਨਾਲ ਸਕਰੀਨ ਦੇ ਉੱਪਰ ਚੱਲਦੀ ਰਹੇਗੀ, ਤੁਸੀਂ ਉੱਥੇ ਲੌਗਇਨ ਕਰ ਸਕਦੇ ਜੇ ਜਾ ਕੇ, ਇਹਨਾਂ ਦੇ ਹੋਰ ਵੀ ਜਿਹੜੇ ਪ੍ਰੋਗਰਾਮ ਨੇ ਤੁਸੀਂ ਉੱਥੇ ਦੇਖ ਸਕਦੇ ਜੇ। ਡਾਕਟਰ ਸਾਹਿਬ ਮੈਂ ਦੇਖਿਆ ਵੀ ਤੁਸੀਂ ਲਗਾਤਾਰ ਕੁਝ ਆਨਲਾਈਨ ਟ੍ਰੇਨਿੰਗ ਪ੍ਰੋਗਰਾਮ ਜਿਹੜੇ ਨੇ ਵੱਖ ਵੱਖ ਜਿਹੜੀਆਂ ਡਿਸੀਜ਼ਸ ਨੇ ਉਹਨਾਂ ਨੂੰ ਠੀਕ ਕਰਨ ਦੇ ਲਈ ਵੀ ਕਰਦੇ ਰਹਿੰਦੇ ਜੇ, ਅਗਰ ਕਿਸੇ ਨੇ ਉਹਦੇ ਲਈ ਰਜਿਸਟਰ ਕਰਨਾ ਹੋਵੇ, ਤੁਹਾਡੇ ਨਾਲ ਜੁੜਨਾ ਹੋਵੇ, ਤੇ ਉਹਦਾ ਕੀ ਤਰੀਕਾ ਹੈਗਾ ਜੀ? ਹਾਂਜੀ, ਜਾਂ ਤਾਂ ਸਾਡੀ ਵੈਬਸਾਈਟ ਤੇ ਲੌਗਇਨ ਕੀਤਾ ਜਾ ਸਕਦਾ ਹੈ ਜਾਂ ਸਾਨੂੰ ਵਟਸਐਪ ਤੇ ਮੈਸੇਜ ਕੀਤਾ ਜਾ ਸਕਦਾ ਹੈ। ਇੰਡੀਆ ਆਫਿਸ ਨੰਬਰ ਹੈ +91 9718422691, ਇਸ ਤੇ ਮੈਸੇਜ ਕੀਤਾ ਜਾ ਸਕਦਾ ਹੈ ਆਈ ਵਾਂਟ ਟੂ ਜੁਆਇਨ ਆਨਲਾਈਨ ਕੋਰਸਿਸ ਐਂਡ ਟ੍ਰੇਨਿੰਗ। ਉਸ ਕੋਰਸ ਐਂਡ ਟ੍ਰੇਨਿੰਗ ਵਿੱਚ ਕੀ ਹੁੰਦਾ ਹੈ, 5 pre-recorded ਵੀਡੀਓਜ਼ ਹੁੰਦੀਆਂ ਨੇ, 5 ਵੀਡੀਓਜ਼। ਉਹਦੇ ਵਿੱਚ ਇੱਕ ਵੀਡੀਓ ਵਿੱਚ ਡਾਇਬਟੀਜ਼ ਦਾ ਇਲਾਜ ਸਿਖਾਇਆ ਜਾਂਦਾ ਹੈ, ਇੱਕ ਵਿੱਚ BP ਦਾ ਇਲਾਜ ਸਿਖਾਇਆ ਜਾਂਦਾ ਹੈ, ਇੱਕ ਵਿੱਚ ਘਰ ਵਿੱਚ ਕਿਸੇ ਨੂੰ ਵੀ ਫਲੂ ਹੋ ਜਾਏ ਯਾਨੀ ਕੋਈ ਵੀ ਫਲੂ ਦੇ ਲੱਛਣ ਆ ਜਾਣ, ਜਿਵੇਂ ਹੁਣ ਕਰੋਨਾ ਵੀ ਚੱਲ ਰਿਹਾ ਹੈ ਤੇ ਉਹਦੇ ਵਿੱਚ ਖਾਂਸੀ, ਜ਼ੁਕਾਮ, ਬੁਖਾਰ ਤੇ ਡਾਇਰੀਆ, ਸਮੈਲ ਚਲੀ ਜਾਣੀ, ਇਹ ਸਾਰੀ ਚੀਜ਼ਾਂ ਹੋ ਜਾਣ, ਤੇ ਘਰ ਵਿੱਚ ਕਿਵੇਂ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਨੂੰ ਪੇਟ ਦੀ ਕੋਈ ਵੀ ਸਮੱਸਿਆ ਹੋਏ ਉਹ, ਤੇ ਓਵਰਆਲ ਜਨਰਲ ਹੈਲਦੀ ਈਟਿੰਗ ਹੈਬਿਟਸ, ਇਹ ਉਸ ਕੋਰਸ ਵਿੱਚ ਸਿਖਾਈਆਂ ਜਾਂਦੀਆਂ ਨੇ। ਪਲੱਸ ਕੋਈ ਵੀ ਜੋ ਕੋਰਸ ਜੁਆਇਨ ਕਰਦਾ ਹੈ ਉਹਨੂੰ ਸਾਡੀ ਬੁੱਕ ਦੀ ਈ ਬੁੱਕ ਵਰਜ਼ਨ ਕਾਪੀ ਮਿਲਦੀ ਹੈ, ਐਂਡ ਮੇਰੇ ਨਾਲ ਇੱਕ ਪਰਸਨਲ ਲਾਈਵ 30 ਮਿੰਟਸ ਦਾ ਸੈਸ਼ਨ ਮਿਲਦਾ ਹੈ। ਸੋ ਤੁਸੀਂ ਐਨਰੋਲ ਕਰ ਸਕਦੇ ਹੋ, ਐਂਡ ਇਹ ਸਾਰਿਆਂ ਵਾਸਤੇ ਜ਼ਰੂਰੀ ਹੈ ਕਿ ਬੇਸਿਕ ਨੌਲੇਜ ਆਪਣੀ ਹੈਲਥ ਬਾਰੇ ਤਾਂ ਹੋਵੇ, ਕਿਉਂਕਿ ਹੈਲਥ ਜਿਹੜੀ ਹੈ ਉਹ ਵੈਲਥ ਤੋਂ ਵੀ ਉੱਤੇ ਹੈ। ਅਗਰ ਪੈਸੇ ਚਲੇ ਗਏ ਤੇ ਫਿਰ ਬੰਦਾ ਕਮਾ ਸਕਦਾ ਹੈ, ਪਰ ਸਿਹਤ ਅਗਰ ਚਲੀ ਗਈ ਤੇ ਉਹ ਪੈਸੇ ਦੇ ਕਿਸੇ ਕੰਮ ਦੀ ਨਹੀਂ ਆਉਂਦੀ, ਚਾਹੇ ਤੁਹਾਡੀ ਬਾਹਰ ਗੱਡੀ ਲੈਂਬੋਰਗਿਨੀ ਖੜੀ ਹੋਵੇ, ਤੁਹਾਡੇ ਕੋਲ ਬਹੁਤ ਵੱਡਾ ਮਹਿਲ ਹੋ, ਪਰ ਤੁਸੀਂ ਅਗਰ ਹਸਪੀਟਲ ਤੇ ਬੈਠਦੇ ਹੋ ਤਾਂ ਉਸ ਦਾ ਕੀ ਫਾਇਦਾ? ਬਿਲਕੁਲ ਡਾਕਟਰ ਸਾਹਿਬ, ਔਰ ਬਹੁਤ ਵਧੀਆ ਲੱਗਿਆ ਜੀ ਕਿ ਤੁਸੀਂ ਕਿੰਨੇ ਵਧੀਆ ਤਰੀਕੇ ਦੇ ਨਾਲ ਪ੍ਰੋਬਲਮ ਨੂੰ ਵੀ ਐਕਸਪਲੇਨ ਕੀਤਾ ਤੇ ਉਹਦੇ ਜਿਹੜੇ ਪੋਸੀਬਲ ਸੋਲੂਸ਼ਨ ਨੇ ਤੁਹਾਡੀ ਬੁੱਕ ਦੇ ਰਾਹੀਂ, ਜਿਹੜਾ ਪਲਾਂਟ ਬੇਸਡ ਡਾਈਟ ਹੈ ਉਹਦੇ ਰਾਹੀਂ ਕਿਵੇਂ ਹੱਲ ਕਰ ਸਕਦੇ ਆ। ਤੇ ਡਾਕਟਰ ਸਾਹਿਬ, ਸਭ ਤੋਂ ਵੱਡੀ ਗੱਲ ਜੋ ਮੈਨੂੰ ਲੱਗੀ ਵੀ ਕਿ ਬਈ ਆਪਾਂ ਜਦੋਂ ਕੋਈ ਬਿਮਾਰੀ ਆ ਜਾਂਦੀ ਆ, ਆਪਾਂ ਜਦੋਂ ਡਾਕਟਰਾਂ ਦੇ ਕੋਲ ਜਾਂਦੇ ਆ ਜਾਂ ਹੋਰ ਮੈਡੀਕੇਸ਼ਨਸ ਦੇ ਫੋਲੋ ਕਰਦੇ ਆ, ਤੇ ਕਿੰਨਾ ਵੱਡਾ ਖਰਚਾ ਪੈ ਜਾਂਦਾ ਪਰਿਵਾਰ ਦੇ ਉੱਪਰ, ਔਰ ਅਗਰ ਅਸੀਂ ਆਪਣੀ ਖੁਰਾਕ ਨੂੰ ਹੀ ਆਪਣੀ ਦਵਾਈ ਬਣਾ
ਤੇ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਆ, ਤੁਸੀਂ ਇਸੇ ਤਰੀਕੇ ਨਾਲ ਸਮਾਜ ਦਾ ਭਲਾ ਜਿਹੜਾ ਕਰਦੇ ਰਹੋ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦੁਬਾਰਾ ਸੱਦਾ ਦੇਵਾਂਗੇ, ਕਿਸੇ ਹੋਰ ਪ੍ਰੋਬਲਮ ਦੇ ਨਾਲ ਸੰਬੰਧਿਤ ਜਿਹੜੀ ਗੱਲਬਾਤ ਆ ਉਹ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ। ਪ੍ਰੋਗਰਾਮ ਸਮਾਪਤ ਕਰਨ ਤੋਂ ਪਹਿਲਾਂ ਕੋਈ ਸੁਨੇਹਾ ਦੇਣਾ ਚਾਹੋ ਜੀ ਤੁਸੀਂ? ਹਾਂਜੀ, ਮੈਂ ਸਾਰੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਤੁਸੀਂ ਇਹ ਸ਼ੋਅ ਜ਼ਰੂਰ ਦੇਖਿਆ ਕਰੋ, ਇਹਦੇ ਵਿੱਚ ਤੁਹਾਨੂੰ ਚੰਗੀ ਸਿਹਤ ਸਲਾਹ ਦਿੱਤੀ ਜਾਂਦੀ ਹੈ। ਪਲੱਸ ਜੀ ਜੇ ਤੁਹਾਨੂੰ ਕੋਈ ਵੀ ਲਾਈਫ ਸਟਾਈਲ ਇਲਨੈਸ, ਤੇ ਲਾਈਫ ਸਟਾਈਲ ਇਲਨੈਸ ਕੀ ਜੋ ਸਾਡੇ ਖਾਣ ਪੀਣ ਨਾਲ ਰਿਲੇਟਡ ਹੈਗੀ, ਜਿਵੇਂ ਡਾਇਬਟੀਜ਼ ਟਾਈਪ 2, ਬੀਪੀ ਹੋ ਗਈ, ਥਾਈਰੋਇਡ ਹੋ ਗਈ, ਜਾਂ ਸਾਡੇ ਲੀਵਰ ਦੀ ਪ੍ਰੋਬਲਮਸ ਹੋ ਗਈਆਂ, ਕਿਡਨੀ ਦੀ ਪ੍ਰੋਬਲਮਸ ਹੋ ਗਈਆਂ, ਜਿੰਨੀ ਵੀ ਜਿਹੜੀ ਕ੍ਰੋਨਿਕ ਇਲਨੈਸਸ ਨੇ, ਇਹਨਾਂ ਨੂੰ ਆਪਣੀ ਡਾਈਟ ਐਂਡ ਲਾਈਫ ਸਟਾਈਲ ਠੀਕ ਕਰਕੇ ਰਿਵਰਸ ਕੀਤਾ ਜਾਂਦਾ ਹੈ। ਐਂਡ ਇਟ ਹੈਜ਼ ਬੀਨ ਡਨ ਫਰੋਮ ਲਾਈਕ ਹੰਡਰਡਸ ਆਫ ਈਅਰਸ, ਇਹ ਨੈਚੁਰੋਪੈਥੀ ਵਿੱਚ, ਆਯੁਰਵੇਦ ਵਿੱਚ ਹੁੰਦਾ ਹੀ ਰਿਹਾ ਹੈ। ਤਾਂ ਓਨਲੀ ਥਿੰਗ ਇਜ਼ ਕਿ ਇਹਦਾ ਗਿਆਨ ਜਿਹੜਾ ਲੋਕਾਂ ਤੱਕ ਪਹੁੰਚਦਾ ਨਹੀਂ ਹੈ। ਤੋ ਆਪਣਾ ਜਿਹੜਾ ਕੰਮ ਹੈ, ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਰਿਸਰਚ ਦੇ ਬੇਸਿਸ ਤੇ ਕਿ ਇਹ ਚੀਜ਼ਾਂ ਵਰਕ ਕਰਦੀਆਂ ਨੇ, ਦੇ ਆਰ ਇਫੈਕਟਿਵ ਐਂਡ ਐਫੀਸ਼ੀਐਂਟ। ਇਟ ਟੇਕਸ ਅਬਾਊਟ 3 to 9 months। ਅਗਰ ਕੋਈ ਲਗਾਤਾਰ 3 ਮਹੀਨੇ ਤੋਂ ਲੈ ਕੇ 6 ਮਹੀਨੇ ਤੱਕ ਇਸ ਤਰ੍ਹਾਂ ਦਾ ਚੰਗਾ ਡਾਇਟ ਐਂਡ ਲਾਈਫ ਸਟਾਈਲ ਫੋਲੋ ਕਰੇ, ਤੇ ਪ੍ਰੋਬਲਮਸ ਠੀਕ ਹੋ ਜਾਂਦੀਆਂ ਨੇ। ਔਰ ਇਸ ਡਾਇਬਟੀਜ਼ ਦੇ ਕੇਸ ਅਸੀਂ ਦੇਖਿਆ ਹੈ, ਲੋਕੀ ਕਿਲੋ ਕਿਲੋ ਅੰਬ ਖਾ ਕੇ ਵੀ ਡਾਇਬਟੀਜ਼ ਤੋਂ ਠੀਕ ਹੁੰਦੇ ਆ। ਸਾਡੇ ਪੇਸ਼ੈਂਟ ਹੈਗੇ ਬਹੁਤ ਸਾਰੇ 60 ਸਾਲ ਤੋਂ ਉੱਤੇ ਦੀ ਉਮਰ ਵਾਲੇ, ਜਿਹੜੇ 1-1 ਕਿਲੋ ਅੰਬ ਵੀ ਡੇਲੀ ਖਾਂਦੇ ਆ, ਤੇ ਉਹਨਾਂ ਦਾ ਸ਼ੂਗਰ ਕਦੀ ਨਹੀਂ ਵਧਦਾ। ਸੋ ਕਹਿਣ ਦਾ ਭਾਵ ਇਹ ਹੈਗਾ ਕਿ ਤੁਸੀਂ ਠੀਕ ਹੋ ਸਕਦੇ ਹੋ। ਦਾ ਓਨਲੀ ਥਿੰਗ ਇਜ਼ ਕਿ ਤੁਹਾਨੂੰ ਆਪਣੇ ਮਾਈਂਡ ਨੂੰ ਮੇਕਅਪ ਕਰਨਾ ਪਏਗਾ। ਅਗਰ ਤੁਹਾਡਾ ਮਨ ਮੰਨ ਗਿਆ, ਮਾਈਂਡ ਸੈਟਅਪ ਕਰ ਲਿਆ ਕਿ ਹਾਂ ਮੈਂ ਕੁਝ ਟਾਈਮ ਵਾਸਤੇ ਸਵਾਦ ਛੱਡ ਕੇ ਤੇ ਚੰਗਾ ਭੋਜਨ, ਸਾਤਵਿਕ ਭੋਜਨ ਖਾਵਾਂਗਾ, ਆਪਣੇ ਆਪ ਨੂੰ ਠੀਕ ਰੱਖਾਂਗਾ, ਤੁਸੀਂ ਵੀ ਸੁਖੀ ਰਹੋਗੇ, ਤੁਹਾਡਾ ਪਰਿਵਾਰ ਵੀ ਸੁਖੀ ਰਹੇਗਾ, ਕਿਉਂਕਿ ਪਹਿਲਾ ਸੁੱਖ ਜਿਹੜਾ ਹੈ ਉਹ ਨਿਰੋਗੀ ਕਾਇਆ ਹੀ ਹੈ। ਬਿਲਕੁਲ। ਤੋ ਡਾਕਟਰ ਸਾਹਿਬ ਲਈਏ ਜੀ ਇਜਾਜ਼ਤ, ਫਿਰ ਤੇ ਆਪਾਂ ਲਗਾਤਾਰ ਸਮਾਜ ਨੂੰ, ਆਪਣੀ ਕਮਿਊਨਿਟੀ ਨੂੰ ਅਵੇਅਰ ਕਰਦੇ ਰਹਾਂਗੇ ਜੀ, ਫਿਰ ਮਿਲਦੇ ਹਾਂ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਸਨ ਜੀ ਡਾਕਟਰ ਕਮਲਪ੍ਰੀਤ ਸਿੰਘ, ਜਿਹੜੇ ਕਿ ਅੰਟਾਰੀਓ ਤੋਂ ਸਾਡੇ ਨਾਲ ਜੁੜੇ ਹੋਏ ਸਨ, ਔਰ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਡਾਇਬਟੀਜ਼ ਦੇ ਲੱਛਣਾਂ, ਕਾਰਨਾਂ ਅਤੇ ਕਿਵੇਂ ਇਸ ਪ੍ਰੋਬਲਮ ਤੋਂ ਅਸੀਂ ਨਿਜਾਤ ਪਾ ਸਕਦੇ ਹਾਂ, ਇਸ ਬਾਬਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਸਿੱਖਿਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਦ ਤੱਕ ਮਨਜੀਤ ਸਿੰਘ ਫੇਰੂਮਨ ਨੂੰ ਦਿਓ ਜੀ ਇਜਾਜ਼ਤ, ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਧੰਨਵਾਦ।